ਇਦੇ ਮੂੰਹ ਤੇ ਚੂਨਾ ਲੱਗਿਆ ਨਾ ਚੂਨਾ ਮੀਂਜ ਮੇਕਅਪ ਵੀ ਉਹਦਾ ਕਦੇ ਜ਼ਿੰਦਗੀ 'ਚ ਭਰੋਸਾ ਨਾ ਕਰੋ ਸਿੱਖਣਾਉਂਦੇ ਨੇ ਮੁੰਡੇ ਅਬਦੇ ਜਵਾਕਾ ਵਾਂਗੂ ਰੱਖੀਦੇ ਨੇ ਤੇ ਕਈ ਸਿੱਖ ਜਾਂਦੇ ਨੇ ਕਈ ਉਹੀ ਫਿਰ ਅੱਜਕੱਲ ਮਾਂ-ਬਾਪ ਨੂੰ ਨਹੀਂ ਸੈਨਦੇ ਗੁਰੂ ਨੂੰ ਤਾਂ ਕੀਨੇ ਸੈਨਣਾ ਸੋ ਚੱਲਦਾ ਵਧੀਆ ਸਿੱਖਦੇ ਜਾਂਦੇ ਨੇ ਵੀਜੇ ਲਵਾ ਕੇ ਭੱਜ ਜਾਂਦੇ ਨੇ ਜੋ ਮਰਜੀ ਬੁਰਾ ਕਰ ਗਾ ਜਿਹੜਾ ਕਲਾਕਾਰ ਨੇ ਜਿੰਨੇ ਮਰਜੀ ਬੁਰਾ ਕਰਤਾ ਕੋਈ ਪਾਰਟੀ ਨੇ ਬੁਰਾ ਕਰਤਾ ਪਰ ਮੈਂ ਕਦੇ ਉਹਨੂੰ ਮਾੜਾ ਨਹੀਂ ਕਿਹਾ ਮੇਰੇ ਤੋਂ ਨੈਗੇਟਿਵ ਨਹੀਂ ਉਹਦੇ ਬਾਰੇ ਕੁਝ ਗਿਆ ਨਾ ਹੀ ਮੈਂ ਕਦੇ ਕੋਲੇ ਕਿਸੇ ਕੋਲੇ ਜਾ ਕੇ ਕਿਹਾ ਮੈਨੂੰ ਕੰਮ ਦੇ ਦਿਓ ਨਾ ਹੀ ਮੈਂ ਕਦੇ ਕਿਸੇ ਦੀ ਚਮਚਾਗिरी ਕਰੀ ਹੈ ਵੈਸੇ ਸਾਡਾ ਕੋਈ ਪਿਓ ਦਾ ਦਾ ਕਲਾਕਾਰ ਤਾਂ ਨਹੀਂ ਸੀ ਅਸੀਂ ਲੋਕਾਂ ਦੇ ਬਣਾਏ ਹੋਏ ਕਲਾਕਾਰਾਂ ਤਾਂ یوں ਵੀ ਅੱਜ ਵੀ ਜਦੋਂ ਕਿਤੇ ਵੀ ਜਾਂਦੇ ਆ ਤਾਂ ਸਾਨੂੰ ਉਹ ਜਾਂਦਾ ਯਾਰ ਫੈਮਿਲੀ ਕਲਾਕਾਰ ਜਿਹੜਾ ਕਲਾਕਾਰ ਹੈ ਨਾ ਉਹ ਸਮਾਜ ਦਾ ਇੱਕ ਐਨਾ ਹੁੰਦਾ ਹੈ ਸਮਾਜ ਦੇ ਵਿੱਚ ਕੀ ਵਾਪਰਿਆ ਕੀ ਹੋ ਰਿਹਾ ਗਲਤ ਹੋ ਰਿਹਾ ਸਹੀ ਹੋ ਰਿਹਾ ਉਹਨੇ ਉਹਨੂੰ ਲੋਕਾਂ ਨੂੰ ਜਾਗਰੂਤ ਕਰਨਾ ਹੁੰਦਾ ਹੈ ਕਲਾਈਮੈਕਸ ਦੇ ਉੱਤੇ ਸੀ ਇਹ ਦੇਖਦੇ ਹੁਣਾਂ ਵੀ ਲੋਕਾਂ ਦੇ ਕੀ ਝੋਲੀ ਪੈ ਰਿਆ ਹੁਣ ਅਬਦੀ ਜ਼ਿੰਦਗੀ ਚ ਕਦੇ ਨਾ ਰੋਇਆ ਨਹੀਂ ਜਦੋਂ ਮੈਂ ਉਦੋਂ ਰੋਇਆ ਸੀ ਸਿਆਣੇ ਕਹਿੰਦੇ ਨੇ ਰਵਾਉਣਾ ਬਹੁਤ ਸੌਖਾ ਕਿਸੇ ਨੂੰ ਵੀ ਪਰ ਹਸਾਉਣਾ ਬੇहद ਮੁਸ਼ਕਲ ਕੰਮ ਹੈ ਔਰ ਕੁਝ ਅਜਿਹੇ ਕਰੈਕਟਰ ਹੁੰਦੇ ਨੇ ਜਾਂ ਕੁਝ ਅਜਈਆਂ ਸ਼ਖਸੀਤਾਂ ਹੁੰਦੀਆਂ ਨੇ ਜਿਹੜੀਆਂ ਨਾ ਸਿਰਫ ਲੋਕਾਂ ਨੂੰ ਹਸਾਉਂਦੀਆਂ ਨੇ ਸਗੋਂ ਸੋਸ਼ਲ ਜਿਹੜੇ ਜਿਹੜੇ ਕੁਝ ਪਰੇਸ਼ਾਨੀਆਂ ਨੇ ਲੋਕਾਂ ਦੀਆਂ ਜਾਂ ਸਮਾਜਿਕ ਸਮੱਸਿਆਵਾਂ ਨੇ ਉਹਨਾਂ ਉੱਤੇ ਵੀ ਕਟਾਕਸ਼ ਕਰਦੀਆਂ ਨੇ ਮੇਰੇ ਨਾਲ ਜਿਹੜੀ ਅੱਜ ਸ਼ਖਸੀਅਤ ਮੌਜੂਦ ਹੈ ਮੇਰੇ ਨਾਲ ਮੌਜੂਦ ਹੈਗੇ ਨੇ ਗੁਰਚੇਤ ਚਿੱਤਰਕਾਰ ਏ ਇਹਨਾਂ ਦਾ ਨਾਮ ਜਿਸ ਤਰ੍ਹਾਂ ਬੇहद ਖਾਸ ਹੈ ਬਹੁਤ ਇੱਕ ਆਰਟਿਸਟਿਕ ਇਹਨਾਂ ਦਾ ਮਾਈਂਡ ਹੈ ਔਰ ਚਿੱਤਰਕਾਰੀ ਦੇ ਵਿੱਚ ਵੀ ਬਹੁਤ ਮੁਹਾਰਤ ਹਾਸਲ ਹੈ ਸਾਰੀਆਂ ਗੱਲਾਂ ਦੱਸਾਂਗੇ ਔਰ ਇਹਨਾਂ ਦੇ ਕਰੈਕਟਰ ਦੀ ਖਾਸ ਗੱਲ ਇਹ ਹੈ ਕਿ ਇਹ ਆਪਣੀ ਜਿਹੜੀ ਕਮੇਡੀ ਹੈ ਇਹਨਾਂ ਦੀ ਕਮੇਡੀ ਬੜੀ ਜ਼ਮੀਨ ਦੇ ਨਾਲ ਜੁੜੀ ਹੋਈ ਆ ਪਿੰਡਾਂ ਦੀਆਂ ਗੱਲਾਂ ਨੇ ਬਹੁਤ ਰੂਟਡ ਕਮੇਡੀ ਕਰਦੇ ਨੇ ਔਰ ਖਾਸ ਤੌਰ ਤੇ ਇਹ ਇਸ ਚੀਜ਼ ਲਈ ਮਸ਼ਹੂਰ ਨੇ ਕਿ ਜਿਹੜੀਆਂ ਆਪਣੀਆਂ ਇਹਨਾਂ ਦੀਆਂ ਸਮੱਸਿਆਵਾਂ ਨੇ ਪੰਜਾਬ ਦੀਆਂ ਉਹਨੂੰ ਵੀ ਬਹੁਤ ਬਾਰ ਦਿੰਦੇ ਨੇ ਔਰ ਕਈ ਵਾਰ ਇਹਨਾਂ ਚੀਜ਼ਾਂ ਕਰਕੇ ਚਰਚਾ ਦੇ ਵਿੱਚ ਵੀ ਆ ਜਾਂਦੇ ਨੇ ਸੋ ਸਭ ਤੋਂ ਪਹਿਲਾਂ ਤੁਹਾਡੇ ਨਾਲ ਮੁਲਾਕਾਤ ਕਰਵਾ ਦਿੰਦੇ ਆ ਗੁਰਚੇਤ ਚਿੱਤਰਕਾਰ ਜੀ ਔਰ ਉਹਨਾਂ ਦਾ ਸਵਾਗਤ ਕਰਦੇ ਆ ਸਸਿਕਰ ਗਗਨ ਤੇ ਡੇਲੀ ਪੋਸਟ ਦੇਖ ਰਹੇ ਸਾਰੇ ਹੀ ਸੱਜਣਾ ਵੇਲੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸਿਕਰ ਜੀ ਗੁਰਚੇਤ ਜੀ ਪਹਿਲਾਂ ਤਾਂ ਸਾਡੇ ਨਾਲ ਸਮਾਂ ਕੱਢਣ ਲਈ ਧੰਨਵਾਦ ਤੁਹਾਡੇ ਕੈਨੇਡਾ ਦੇ ਟੂਰ ਨੇ ਔਰ ਹੁਣ ਵੀ ਬਹੁਤ ਤੁਸੀਂ ਬਿਜ਼ੀ ਰਹਿੰਦੇ ਹੋ ਗੁਰਚੇਤ ਜੀ ਇਹ ਜਿਹੜਾ ਤੁਹਾਡਾ ਸਾਰਾ ਇੱਕ ਫਲਸਫਾ ਹੈਗਾ ਤੁਹਾਡੀ ਜਿਹੜੀ ਕਮੇਟੀ ਦਾ ਇੱਕ ਤਰੀਕਾ ਬਹੁਤ ਰੂਟਿਡ ਹੈਗਾ ਕਿਉਂਕਿ ਆਮ ਤੌਰ ਤੇ ਜਦੋਂ ਮਸ਼ਹੂਰ ਹੋ ਜਾਂਦਾ ਇਨਸਾਨ ਸ਼ੁਰੂਆਤੀ ਦੌਰ ਦੇ ਵਿੱਚ ਤਾਂ ਉਹ ਚੀਜ਼ਾਂ ਵਰਤ ਲਈਆਂ ਜਾਂਦੀਆਂ ਪਰ ਤੁਸੀਂ ਜਿਹੜੇ ਜਿਹੜੇ ਵਰਡ ਯੂਜ਼ ਕਰਦੇ ਹੋ ਆਪਣੀ ਕਮੇਟੀ ਦੇ ਵਿੱਚ ਆਮ ਤੌਰ ਤੇ ਹਰ ਪੰਜਾਬੀ ਘਰ ਦੇ ਵਿੱਚ ਉਹ ਚੀਜ਼ਾਂ ਵਰਤੀਆਂ ਜਾਂਦੀਆਂ ਨੇ ਪਰ ਲੋਕਾਂ ਦੇ ਸਾਹਮਣੇ ਬੋਲਣ ਤੋਂ ਲੋਕ ਬਹੁਤ ਗੁਰੇਜ਼ ਕਰਦੇ ਨੇ ਪਰ ਤੁਸੀਂ ਉਦਾਂ ਹੀ ਉਹ ਚੀਜ਼ਾਂ ਲੈ ਕੇ ਆਉਂਦੇ ਬਿਲਕੁਲ ਰਾ ਕਮੇਟੀ ਹੈ ਤੁਹਾਡੀ ਪਹਿਲਾਂ ਤਾਂ ਉਹਦੇ ਬਾਰੇ ਦੱਸ ਦੋ ਕਿ ਉਹ ਕਿੱਦਾਂ ਨੇ ਚਾਇਓ ਤੁਹਾਡੀ ਤੁਹਾਡੀ ਤੁਸੀਂ ਵਿੱਚ ਕੁਝ ਗਾਲਾਂ ਦੇ ਯੂਜ਼ ਕਰਦੇ ਹੋ ਜਾਨੀ ਉਹਨਾਂ ਨੂੰ ਤੁਸੀਂ ਸਭਿਅਕ ਤਰੀਕੇ ਦੇ ਨਾਲ ਮੋੜ ਤੋੜ ਕੇ ਯੂਜ਼ ਕਰਦੇ ਹੋ ਉਹਦੇ ਉੱਤੇ ਵੀ ਲੋਕ ਇਤਰਾਜ਼ ਕਰਦੇ ਨੇ ਪਰ ਹਰ ਕੋਈ ਉਹਨਾਂ ਚੀਜ਼ਾਂ ਦਾ ਆਪਣੇ ਆਮ ਬੋਲਚਾਲ ਦੇ ਵਿੱਚ ਯੂਜ਼ ਜ਼ਰੂਰ ਕਰਦਾ ਦੇਖੋ ਜੀ ਜਿਹੜੀ ਠੇਠ ਪੰਜਾਬੀ ਹੈ ਅਸੀਂ ਮਾਲਵੇ ਨੂੰ ਅਸੀਂbelong ਕਰਦੇ ਹਾਂ ਜਿਲ੍ਹਾ ਸੰਗਰੂਰ ਹੈ ਮੇਰਾ ਸੋ ਅਸੀਂ ਜਿਹੜੀਆਂ ਠੇਠ ਗੱਲਾਂ ਹੁੰਦੀਆਂ ਨੇ ਜੋ ਸਾਡੇ ਸਮਾਜ ਚ ਵਾਪਰਿਆ ਜੋ ਹੋ ਰਿਹਾ ਉਹਨੂੰ ਅਸੀਂ ਲੈ ਕੇ ਆਉਨੇ ਆਂਗੇ ਨਾਟਕਾ ਰਾਹੀਂ ਫਿਲਮਾਂ ਰਾਹੀਂ ਵੈਸੇ ਸਾਡਾ ਕੋਈ ਪਿਓ ਦਾਦਾ ਕਲਾਕਾਰ ਤਾਂ ਹੈ ਨਹੀਂ ਸੀ ਅਸੀਂ ਲੋਕਾਂ ਦੇ ਬਣਾਏ ਹੋਏ ਕਲਾਕਾਰਾਂ ਤਾਂ ਵੀ ਅੱਜ ਵੀ ਜਦੋਂ ਕਿਤੇ ਵੀ ਜਾਂਦੇ ਆਂ ਤਾਂ ਸਾਨੂੰ ਉਹ ਜਾਂਦਾ ਯਾਰ ਫੈਮਿਲੀ ਕਲਾਕਾਰ ਕਉਕੇ ਸੀ ਫੈਮਲੀਆ ਦੇ ਕਲਾਕਾਰ ਬਣ ਗਏ ਅਸੀਂ ਫੈਮਲੀਆ ਦੀਆਂ ਗੱਲਾਂ ਕਰਦੇ ਆ ਸਾਡੀਆਂ ਜਿਹੜੇ ਨਾਟਕ ਨੇ ਫਿਲਮਾਂ ਨੇ ਅਸੀਂ ਸੜੇ ਘਰ ਇੱਕ ਸੈਂਸਰ ਹੈ ਮੇਰਾ ਜਦੋਂ ਅਸੀਂ ਕੋਈ ਫਿਲਮ ਬਣਾਉਂਦੇ ਆ ਜਾਂ ਕੁਝ ਵੀ ਕਰਦੇ ਆ ਤਾਂ ਪਹਿਲਾਂ ਆਪਣੇ ਪਰਿਵਾਰ ਨੂੰ ਵਿਖਾਉਣਾ ਜਿਹਦੇ ਵਿੱਚ ਮੇਰੀ ਬੇਟੀ ਮੇਰੀ ਵਾਈਫ ਮੇਰੀ ਮਦਰ ਸਾਰੇ ਅਸੀਂ ਬੈਠੇ ਹੁੰਨੇ ਆ ਦੇਖ ਕੇ ਅਸੀਂ ਦੇਖਦਾ ਵੀ ਆਹ ਸੀਨ ਕੱਟਣ ਵਾਲਾ ਹੈ ਤਾਂ ਇਹਨੂੰ ਆਪਾਂ ਕੱਟ ਦੋ ਘਰ ਦੇ ਵਿੱਚ ਮੇਰੇ ਸੈਂਸਰ ਹੈ ਤਾਂ ਕਿ ਏ ਲੋਕ ਇਸ ਨੂੰ ਇਤਰਾਜ਼ ਨਾ ਕਰ ਸਕਣ ਜਿਸ ਤਰ੍ਹਾਂ ਸਾਡੇ ਨਾਟਕ ਨੇ ਜਦੋਂ ਅਸੀਂ ਨਾਟਕ ਕਰਨ ਜਾਂਦੇ ਆ ਤਾਂ ਸਾਡੇ ਨਾਟਕ ਕੈਨੇਡਾ ਦੇ ਵਿੱਚ ਮੈਨੂੰ 10 ਸਾਲ ਹੋ ਗਏ ਕੈਨੇਡਾ ਜਾਂਦੇ ਨੂੰ ਜਿੰਨੇ ਵੀ ਨਾਟਕ ਨੇ ਸਾਰੇ ਸੋਲਡ ਆਊਟ ਹੁੰਦੇ ਨੇ ਇੱਕ ਇੱਕ ਜਗ੍ਹਾ ਤੇ ਸਾਡੇ 4 4 ਸ਼ੋਅ ਹੁੰਦੇ ਨੇ ਉਹ ਕਿਉਂ ਹੁੰਦੇ ਨੇ ਕਿਉਂਕਿ ਫੈਮਲੀ ਆਉਂਦੀਆਂ ਨੇ ਅਸੀਂ ਫੈਮਲੀਆਂ ਦੀ ਗੱਲ ਕਰਦੇ ਆ ਅਸੀਂ ਬੱਚੇ ਹੁੰਦੇ ਨੇ ਨਾਲ ਬਜ਼ੁਰਗ ਹੁੰਦੇ ਨੇ ਮੀਆਂ ਬੀਬੀ ਹੁੰਦੇ ਨੇ ਪੂਰੀ ਫੈਮਲੀ ਦੇ ਨਾਲ ਸਾਡਾ ਨਾਟਕ ਦੇਖਦੇ ਨੇ ਔਰ ਇਸੇ ਕਰਕੇ ਸਾਡੇ ਜਿਹੜੇ ਸ਼ੋਅ ਨੇ ਸੋਲਡ ਆਊਟ ਹੁੰਦੇ ਨੇ ਲੋਕਾਂ ਦੀਆਂ ਗੱਲਾਂ ਮੈਂ ਪਿੰਡਾਂ ਚਲਾ ਜਾਣਾ ਪਿੰਡਾਂ ਦੇ ਵਿੱਚ ਦੇਖਦੇ ਆ ਵੀ ਕਿਹੜੀ ਕਿਹੜੀ ਪਿੰਡੋਂ ਚ ਮਟੀਰੀਅਲ ਬਹੁਤ ਮਿਲਦਾ ਹੈ ਜਿੰਨਾ ਮੈਂ ਕਹਣਾ ਵੀ ਪਿੰਡਾਂ ਚ ਇੱਕ ਦੂਜੇ ਦੇ ਨੌ ਰੱਖੇ ਹੁੰਦੇ ਨੇ ਜਿਸ ਤਰ੍ਹਾਂ ਆਪਾਂ ਤੁਰ ਫਿਰ ਕੇ ਬਹੁਤ ਕੁਝ ਤੁਰ ਫਿਰ ਕੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੁੰਦਾ ਹੈ ਮੈਂ ਪਿੰਡ ਚਲਾ ਜਾਣਾ ਜਾਂ ਕਿਤੇ ਹੋਰ ਚਲਾ ਜਾਣਾ ਮੈਂ ਵਿਚਰਦਾ ਹਾਂ ਲੋਕ ਆਪਾਂ ਨਾਟਕਾਂ ਰਹੀਂ ਫਿਲਮਾਂ ਰਹੀਂ ਪੇਸ਼ ਕਰਾਂਗੇ। ਉਹ ਗੁਰਚੇਤ ਜਿਹੜਾ ਜਿਹੜਾ ਹੈਗਾ ਕਿ ਜਿਵੇਂ ਪੰਜਾਬੀ ਦੇ ਵਿੱਚ ਕਈ ਗੱਲਾਂ ਹੁੰਦੀਆਂ ਨੇ ਤੁਸੀਂ ਉਹ ਗੱਲਾਂ ਨੂੰ ਯੂਜ਼ ਕਰਦੇ ਹੋ ਔਰ ਲੋਕ ਉਹਦੇ ਉੱਤੇ ਇਤਰਾਜ਼ ਕਰਦੇ ਨੇ ਹਾਲਾਂਕਿ ਪਸੰਦ ਵੀ ਉਹਨਾਂ ਨੂੰ ਬਹੁਤ ਕਰਦੇ ਨੇ ਪਰ ਜਿਹੜੇ ਅੱਜ ਕੱਲ੍ਹ ਚੱਲ ਪਿਆ ਸੋਸ਼ਲ ਮੀਡੀਆ ਤੇ ਟ੍ਰੈਂਡ ਚੱਲ ਪਿਆ ਕਿ ਕਿਸੇ ਬਾਰੇ ਵੀ ਕੁਝ ਵੀ ਲਿਖ ਦੇਣਾ ਇਹ ਐਸੀਆਂ ਗੱਲਾਂ ਨੇ ਤੁਸੀਂ ਇਹ ਇਹਨੂੰ ਕਿਵੇਂ ਟੈਕਲ ਕਰਦੇ ਹੋ ਕਿਉਂਕਿ ਤੁਸੀਂ ਬੜੇ ਵਿਵਾਦ ਕੋ ਬੜੇ ਤੁਸੀਂ ਜਿਨੂੰ ਆਪਾਂ ਪੰਜਾਬੀ ਵਿੱਚ ਮੂੰਹ ਫੱਟ ਵੀ ਕਹਿ ਦਈਏ ਤੁਸੀਂ ਆਪਣੇ ਦਿਲ ਦੀ ਗੱਲ ਕਹਿ ਦਿੰਦੇ ਹੋ ਕਿਉਂਕਿ ਆਮ ਤੌਰ ਤੇ ਜਦੋਂ ਕੋਈ ਕਲਾਕਾਰ ਬਣ ਜਾਂਦਾ ਤਾਂ ਬ ਠੀ ਗੋਲੀ ਜੀ ਨੂੰ ਕਹਿ ਲੋ ਬੜਾ ਸ਼ੂਗਰ ਕੋਟਡ ਹਰ ਗੱਲ ਨੂੰ ਕਹਿ ਕੇ ਕਰੀਦਾ ਪਰ ਤੁਸੀਂ ਬਹੁਤ ਮਤਲਬ ਬਿਲਕੁਲ ਬਿਬਾਕ ਬਿਲਕੁਲ ਸਟ੍ਰੇਟ ਫਾਰਵਰਡ ਕਹਿ ਦਿੰਦੇ ਹੋ ਕਿ ਕਹਿੰਦੇ ਜਿਹੜਾ ਕਲਾਕਾਰ ਹੈ ਨਾ ਉਹ ਸਮਾਜ ਦਾ ਇੱਕ ਐਨਾ ਹੁੰਦਾ ਹੈ ਸਮਾਜ ਦੇ ਵਿੱਚ ਕੀ ਵਾਪਰ ਹੈ ਕੀ ਹੋ ਰਿਹਾ ਗਲਤ ਹੋ ਰਿਹਾ ਸਹੀ ਹੋ ਰਿਹਾ ਉਹਨੇ ਉਹਨੂੰ ਲੋਕਾਂ ਨੂੰ ਜਾਗਰੂਤ ਕਰਨਾ ਹੁੰਦਾ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਪਹਿਲਾਂ ਪਹਿਲਾਂ ਅਸੀਂ ਫਿਲਮਾਂ ਦੇ ਵਿੱਚ ਇਸ ਪਤਾ ਨਹੀਂ ਸੀ ਸਿਖਿਆਰਤੀ ਤੀ ਗਏ ਸੀ ਅਬ ਦੇ ਤਜਰਬੇ ਤੇ ਆਪ ਹੀ ਸਿੱਖਿਆ ਜਦੋਂ ਜਿਵੇਂ ਕਹਤਾ ਸੀ ਭੈਣ ਦੇਣੇ ਦਾ ਸਾਨੂੰ ਨਹੀਂ ਪਤਾ ਹੁੰਦਾ ਸੀ ਹਨਾ ਕਿਉਂਕਿ ਉਦੋਂ ਉਦੋਂ ਸਾਨੂੰ ਇਹਨਾਂ ਚੀਜ਼ਾਂ ਦਾ ਸਾਨੂੰ ਤਾਂ ਇਹ ਵੀ ਨਹੀਂ ਪਤਾ ਸੀਗਾ ਵੀ ਮਿਨੀਟਰ ਕੀ ਹੁੰਦਾ ਅਸੀਂ ਨਾਟਕ ਸੀ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਬਹੁਤ ਪਪੂਲਰ ਹੋਏ ਸੀ ਉਹਨਾਂ ਤੋਂ ਅਸੀਂ ਫਿਲਮਾਂ ਬਣਾਈਆਂ ਸੰਦੂਕ ਚਮਦੂਕ ਫੌਜੀ ਦੀ ਫੈਮਿਲੀ ਜਿਹੜੀਆਂ ਨੇ ਹਨਾ ਤੇ ਉਸ ਤੋਂ ਬਾਅਦ ਅਸੀਂ ਜਿਹੜੀ ਆਪਦੇ ਆਪ ਨੂੰ ਸੁਧਾਰ ਕਰਦੇ ਗਏ ਜੋ ਹੁਣ ਜਿਉਂ-ਜਿਉਂ ਹੁਣ ਆਪਦੇ ਤਜਰਬੇ ਤੋਂ ਬੰਦਾ ਕਹਿੰਦੇ ਨੇ ਆਪ ਸਿੱਖਦਾ ਅਸੀਂ ਕਿਸੇ ਤੋਂ ਸਿੱਖਿਆ ਨਹੀਂ ਹੈਗਾ ਗੁਰシャンਨ ਭਾਜੀ ਨਾਲ ਲਾਏ ਨੇ ਮੈਂ 4 ਸਾਲ ਜਿਹਦੇ ਨਾਲ ਸਾਨੂੰ ਬਹੁਤ ਅਫਰੀਕਿਆਂ ਦਾ ਪਤਾ ਲੱਗਿਆ ਜਿਸ ਦਿਨਾਂ ਵੀ ਲੋਕਾਂ ਦੀ ਗੱਲ ਕਹਿਣ ਦਾ ਛੋਡੇ ਚ ਜਜ਼ਬਾ ਹੋਣਾ ਚਾਹੀਦਾ ਛੋਡੇ ਚ ਜਨੂਨ ਹੋਣਾ ਚਾਹੀਦਾ ਛੋਡੇ ਚ ਹੌਸਲਾ ਹੋਣਾ ਚਾਹੀਦਾ ਤਾਂ ਕਰਕੇ ਆਪਾਂ ਸਿਸਟਮ ਦੇ ਖਿਲਾਫ ਜੇ ਜੇ ਸਿਸਟਮ ਗਲਤ ਹੈ ਤਾਂ ਸਿਸਟਮ ਨੂੰ ਗਲਤ ਕਹਿਣਾ ਇੱਕ ਕਲਾਕਾਰ ਦਾ ਇੱਕ ਲਾਕੀ ਫਰਜ਼ ਆ ਕੋਈ ਵੀ ਕਲਾਕਾਰ ਹੈ ਚਾਹੇ ਉਹ ਸਿੰਗਰ ਹੈ ਚਾਹੇ ਕੁਛ ਜਿਹੜੇ ਗੀਤ ਹੁੰਦੇ ਨੇ ਨਾ ਸਾਡੇ ਇਸ ਸਮੇਂ ਦੇ ਹਾਨ ਦੇ ਹੁੰਦੇ ਨੇ ਜੋ ਸਮੇਂ ਚ ਹੋ ਰਿਹਾ ਕਿਸੇ ਨੇ ओबीसी ਨਾ ਵੀ ਕਈ ਗੀਤਾਂ ਤੋਂ ਪਤਾ ਲੱਗ ਜਾਂਦਾ ਵੀ ਆਉਣ ਵਾਲੀ ਪੀੜ੍ਹੀ ਕੀ ਕਰੂਗੀ ਸਾਡੇ ਨਾਟਕ ਸਾਡੀਆਂ ਫਿਲਮਾਂ ਚ ਅਸੀਂ ਜਾਗਰੂਤ ਕਰਨਾ ਸਾਡਾ ਇੱਕ ਮੇਨ ਹੈ ਵੀ ਹਸਾਉਣਾ ਤਾਂ ਵੱਖਰੀ ਗੱਲ ਹੈ ਸਾਡਾ ਮੇਨ ਇੱਕੋ ਇੱਕ ਮਕਸਦ ਹੁੰਦਾ ਹੈ ਵੀ ਮੈਸੇਜ ਦੇਣਾ ਲੋਕਾਂ ਨੂੰ ਕਲਾਈਮੈਕਸ ਦੇ ਉੱਤੇ ਸੀ ਇਹ ਦੇਖਦੇ ਹੋਣਾ ਵੀ ਲੋਕਾਂ ਦੇ ਕੀ ਝੋੜੀ ਪੈ ਰਿਆ ਹੁਣ ਦੂਰੂ ਥੋੜੀ ਵੀ ਹੱਸੀਆਂ ਨਾ ਜੱਬੜੀਆਂ ਮਾਰੀ ਜਾਣੀਆਂ ਮੈਸੇਜ ਬਹੁਤ ਜ਼ਰੂਰੀ ਹੈ ਮੈਨ ਹਾਂ ਮੈਨ ਅਸੀਂ ਸਭ ਤੋਂ ਪਹਿਲਾਂ ਬੈਠ ਕੇ ਅਸੀਂ ਪੂਰਾ ਮੈਸੇਜ ਕਰ ਰਹੇ ਵੀ ਇਹ ਫਿਲਮ ਦੇ ਵਿੱਚ ਆ ਮੈਸੇਜ ਦੇਣਾ ਇਹਦੇ ਮੂਰੇ ਮਟੀਰੀਅਲ ਕੀ ਪਾਇਆ ਜਾਵੇ ਮੇਨ ਮੁੱਦਾ ਪਾਣੀ ਆਂਦਾ ਹੁਣ ਸਾਡਾ ਇੱਕ ਪਾਣੀਆ ਦਾ ਹੋ ਗਿਆ ਨਸ਼ੇ ਦਾ ਹੋ ਗਿਆ ਸਾਡਾ ਮੇਨ ਮੁੱਦਾ ਹੁੰਦਾ ਉਹਨੂੰ ਕਿਸ ਤਰ੍ਹਾਂ ਲੈ ਕੇ ਆਉਣਿਆ ਸੀ ਹਸਾ ਹਸਾ ਕੇ ਸਾਹ ਸਾ ਕੇ ਲੋਕਾਂ ਨੂੰ ਉਸ ਵੱਲ ਲੈ ਕੇ ਆ ਕੇ ਲੋਕ ਸਾਡੀ ਮੰਨਦੇ ਵੀ ਨੇ ਜਿਸ ਤਰ੍ਹਾਂ ਫਿਲਮ ਆਈ ਸੀ ਨਾਨਕ ਨਾਮ ਚੜਦੀ ਕਲਾ بڑے ਲੋਕਾਂ ਨੇ ਉਸ ਤੇ ਅਸਰ ਕੀਤਾ ਇੱਕ ਮੇਰੀ ਫਿਲਮ ਆਈ ਸੀ ਇੱਜ਼ਤ ਇੱਜ਼ਤ ਫਿਲਮ ਸੀ ਜਿਹਦੇ ਜੜੀਆਂ ਕੁੜੀਆਂ ਘਰੋਂ ਭੱਜ ਜਾਂਦੀਆਂ ਨੇ ਪਿੱਛੇ ਕੀ ਬਰਬਾਦੀ ਹੁੰਦੀ ਹੈ ਕਿਵੇਂ ਉਹਨਾਂ ਦੇ ਉਹਨਾਂ ਨੂੰ ਸਹਿਣਾ ਪੈਂਦਾ ਉਹਦੇ ਮਾਪੇ ਨੂੰ ਉਹਦੇ ਭਰਾਵਾਂ ਨੂੰ ਮਿਹਨੇ ਸਹਿਣੇ ਪੈਂਦੇ ਨੇ ਉਹ ਫਿਲਮ ਦੇਖ ਕੇ ਮੈਨੂੰ ਆਪਣੇ ਮੈਨੂੰ ਜਦੋਂ ਰਖੜੀਆਂ ਦਾ ਐਨੇ-ਐਨੇ ਰਖੜੀਆਂ ਹੁੰਦੇ ਹੁੰਦਿਆਂ ਸੀਗੇ ਉਹ ਫਿਲਮ ਦੀ ਤੁਹਾਨੂੰ ਮੈਂ ਦੱਸ ਰਿਹਾ ਗੱਲ ਜੇ ਬਲਕਿ ਸੱਚੀ ਕਹਾਣੀ ਹੈ ਕਿਸੇ ਨੇੜੇ ਪਿੰਡ ਦੀ ਕੁੜੀ ਸੀ ਉਹ ਘਰੋਂ ਕਿਸੇ ਮੁੰਡੇ ਨਾਲ ਭੱਜਣ ਵਾਸਤੇ ਤਿਆਰ ਸੀਗੀ ਉਹਨਾਂ ਨੇ ਦੂਸਰੇ ਦਿਨ ਜਾਣਾ ਸੀ ਭੱਜ ਕੇ ਵੀ ਘਰੋਂ ਉਹਨੇ ਪੈਸੇ-ਬੂਸੇ ਲੈ ਲੇ ਉਧਰੋਂ ਮੁੰਡੇ ਨੇ ਵੀ ਪੈਸੇ-ਬੂਸੇ ਚੱਕ ਲੇ ਉਹ ਕੁਦਰਤੀ ਕੇਵਲ ਤੇ ਉਹ ਫਿਲਮ ਚੱਲ ਵੀ ਇੱਜ਼ਤ ਉਹ ਕੁੜੀ ਨੇ ਦੇਖਿਆ ਉਹ ਸਾਰੀ ਹੁੰਦੇ ਕਿ ਉਹਨੇ ਜਿੱਥੋਂ ਚੱਕੇ ਦੀ ਪੈਸੇ ਉੱਥੇ ਮੈਨੂੰ ਨਾ ਦੀ ਇੱਕ ਫੋਨ ਲਾ ਲਿਆ ਆਖ਼ਰ ਤੇ ਮੇਰਾ ਨੰਬਰ ਹੁੰਦਾ ਫਿਲਮ 'ਚ ਕਹ ਤੇਰੀ ਵਜ੍ਹਾ ਕਰਕੇ ਅੱਜ ਮੇਰੇ ਮਾਪੇ ਦੀ ਇੱਜ਼ਤ ਬਚ ਗਈ ਤੇ ਮੈਨੂੰ ਆਪਣੇ ਆਪ ਨੂੰ ਇੰਨਾ ਬਹੁਤ ਖੁਸ਼ੀ ਹੋਈ ਵੀ ਯਾਰ ਸ਼ੁਕਰ ਹੈ ਯਾਰ ਆਪਣੀ ਫਿਲਮ ਦਾ ਕੋਈ ਮੈਸੇਜ ਇਸ ਤਰ੍ਹਾਂ ਦਿਨੇ ਆ ਕਿਸੇ ਤੇ ਅਸਰ ਤਾਂ ਕਰਦਾ ਹੂੰ ਸੋ ਉਹ ਮੇਰੇ ਜਦੋਂ ਮੈਨੂੰ ਰਖੜੀਆਂ ਆਉਂਦੀਆਂ ਸੀਗੀਆਂ ਮੈਨੂੰ ਤਕਰੀਬਨ 4-5 ਸਾਲ ਰਖੜੀਆਂ ਤੀਤੀ ਚੜੀ ਚੜੀ ਰਖਣੀ ਆਉਂਦੀਆਂ ਤੀਆਂ ਉਹ ਸਾਡੀ ਸਭ ਤੋਂ ਵੱਡੀ ਪ੍ਰਾਪਤੀ ਸਭ ਤੋਂ ਵੱਡੀ ਪ੍ਰਾਪਤੀ ਹੈ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਬਹੁਤ ਕਨੈਕਟਡ ਹੋ ਨਾ ਆਪਣੇ ਦਰਸ਼ਕਾਂ ਦੇ ਨਾਲ ਨਹੀਂ ਤਾਂ ਆਮ ਤੌਰ ਤੇ ਕੋਈ ਆਪਣਾ ਨੰਬਰ ਨਹੀਂ ਸ਼ੇਅਰ ਕਰਦਾ ਸੀ ਵੀ ਤੁਹਾਡੇ ਤੱਕ ਜਦੋਂ ਪਹੁੰਚ ਕੀਤੀ ਹੈ ਤਾਂ ਬਹੁਤ ਵਧੀਆ ਲੱਗਿਆ ਤੁਸੀਂ ਸਾਡੀ ਜਿਵੇਂ ਆਓ ਭਗਤ ਕੀਤੀ ਹੈ ਘਰ ਦੇ ਵਿੱਚ ਜਿਵੇਂ ਸਾਡੇ ਨਾਲ ਅਸੀਂ ਤੁਹਾਡੇ ਘਰੇ ਬ੍ਰੇਕਫਾਸਟ ਕੀਤਾ ਤਾਂ ਬਹੁਤ ਵਧੀਆ ਲੱਗਿਆ ਉਹਨਾਂ ਤੋਂ ਜਦੋਂ ਆਪਾਂ ਗੱਲਾਂ ਕੀਤੀਆਂ ਤੁਸੀਂ ਹੋਰ ਵੀ ਇੱਕ ਪਾਕਿਸਤਾਨ ਦਾ ਪਰਿਵਾਰ ਵੀ ਤੁਹਾਡੇ ਕਲਾ ਦੇ ਜ਼ਰੀਏ ਮਿਲਿਆ ਸੀ ਉਹ ਜ਼ਰੂਰ ਦਰਸ਼ਕਾਂ ਦੇ ਨਾਲ ਸਾਂਝਾ ਕਰ ਦਿਓ ਬੜੀ ਮੈਨੂੰ ਟੱਚੀ ਸਟੋਰੀ ਲੱਗੀ ਮੈਂ ਪੜ੍ਹੀ ਸੀ ਤੁਹਾਡੇ ਬਾਰੇ ਬੜਾ ਮੈਂ ਅਬਦੀ ਜ਼ਿੰਦਗੀ ਚ ਕਦੇ ਨਾ ਰੋਇਆ ਨਹੀਂ ਜਦੋਂ ਮੈਂ ਉਦੋਂ ਰੋਇਆ ਸੀ ਇਹ ਮੇਰੇ ਪਿੰਡੋਂ ਦੀ ਜਲਾਹਾਂ ਦੇ ਘਰ ਸੀਗੇ ਉਹਨਾਂ ਦੀ ਕੁੜੀ ਵਿਆਹੀ ਹੋਈ ਸੀ ਅਲੀਪੁਰ ਨਾਬੇ ਦੇ ਕੋਲ ਉਹ ਉਹਨਾਂ ਨੇ ਜਦੋਂ 47 ਦੇ ਵਿੱਚ ਹੱਲੇ ਹੋਏ ਤਾਂ ਇਹਨਾਂ ਨੇ ਉਹਨਾਂ ਨਾਲ ਸਨੇਹਾ ਲਾਇਆ ਵੀ ਆਪਾਂ ਕੈਂਪ ਚ ਇਕੱਠੇ ਹੋਵਾਂਗੇ ਮੇਰੇ ਕੋਲਲੇ ਉਧਰ ਉਹ ਚੱਲ ਪਏ ਉਧਰੋਂ ਇਹ ਚੱਲ ਪਏ ਇਹਨਾਂ ਨੂੰ ਸਾਡੇ ਪਿੰਡ ਵਾਲੇ ਮੇਰੇ ਦਾਦਾ ਮੇਰੇ ਦਾਦੀ ਸਾਰੇ ਪਿੰਡ ਦੇ ਹੋਰ ਮੇਨ ਬੰਦੇ ਉਹਨਾਂ ਨੇ ਇਹਨਾਂ ਨੂੰ ਵਾਪਸ ਲੈ ਲਿਆ ਕਹਿੰਦੇ ਵੀ ਅਸੀਂ ਤੁਹਾਨੂੰ ਜਾਣ ਨਹੀਂ ਦਿੰਦੇ ਉਦ੍ਰਤੀ ਉੱਤੇ ਹਮਲਾ ਹੋ ਗਿਆ ਮੁਸਲਮਾਨਾਂ ਤੇ ਸਿੱਖਾਂ ਨੇ ਹਮਲਾ ਕਰਤਾ ਇੱਕ ਕੁੜੀ ਨੂੰ ਉਹਨਾਂ ਦਿਨ ਹੋ ਗਿਆ ਵੀ ਮੇਰੇ ਪੇਕੇ ਮਾਰਤੇ ਪੇਕੇ ਨੂੰ ਇਹੋ ਗਿਆ ਵੀ ਸਾਡੀ ਕੁੜੀ ਮਾਰਤੀ ਉਹ ਕੁੜੀ ਪਾਕਿਸਤਾਨ ਚਲੀ ਗਈ ਪਾਕਿਸਤਾਨ ਚਲੀ ਗਈ ਸਾਡੀ ਇੱਕ ਫਿਲਮ ਸੀ ਮੁਰਗੇ ਹਾਜਮ ਫੈਮਿਲੀ 420 ਜਿਹਦੇ ਵਿੱਚ ਮੈਂ ਪਿੰਡ ਦੇ ਪੁਰਾਣੇ ਬੰਦੇ ਦੇ ਨਾਮ ਲੈਣਾ ਹੁੰਨਾ ਚਾਨਣ ਚਲਾਕਾ 나జర్ ਵੈਲੀਆਂ ਦਾ ਮਸ਼ਹੂਰ ਮੰਗਲ ਸਰਪੰਚ ਇਹ ਸਾਰੇ ਜਿਹੜੇ ਅਸਲੀ ਕਲੈਕਸ ਕਰੈਕਟਰ ਸੀ ਅਸਲੀ ਕਰੈਕਟਰ ਸੀ ਉਹ ਉਸ ਟਾਈਮ ਦੇ ਪੁਰਾਣੇ 47 ਵੇਲੇ ਬੜਾ ਮਸ਼ਹੂਰ ਸੀਗੇ ਤੇ ਉਹਨਾਂ ਦੇ ਮੈਂ ਨਾਮ ਹੁਣ ਵੀ ਮਸ਼ਹੂਰ ਨੇ ਉਹ ਚਾਨਣ ਚਲਾਕਾ 나జర్ ਵੈਲੀਆਂ ਦਾ ਸੋ ਉਹ ਕੁਦਰਤੀ ਉਹ ਬੁੜੀ ਪਈ ਸੀ ਕੋਠੇ ਤੇ ਤੇ ਥੱਲੇ ਫਿਲਮ ਚੱਲ ਰਹੀ ਸੀ ਕਹਿੰਦੀ ਹਾਏ ਇਹ ਤਾਂ ਮੇਰੇ ਪਿੰਡ ਦੇ ਬੰਦੇ ਨੇ ਹੂੰ ਉਹ ਥੱਲੇ ਆਈ ਕਹਿੰਦੇ ਵੀ ਇਹ ਤਾਂ ਮੇਰੇ ਪਿੰਡ ਦੇ ਬੰਦੇ ਨੇ ਉਹਨਾਂ ਨੇ ਮੁੰਡਿਆਂ ਦੇ ਨਾਲ ਜੇ ਮੇਰਾ ਨੰਬਰ ਤੇ ਪਿੱਛੇ ਉਹ ਮੈਨੂੰ ਫੋਨ ਲਾਇਆ ਕਹਿੰਦੇ ਵੀ ਐ ਕਰ ਕਿੱਥੋਂ ਬੋਲਦੇ ਹੋ ਮਖਾ ਜੀ ਐ ਕਰਕੇ ਸੰਗਰੂਰ ਤੋਂ ਕਹਿੰਦੇ ਮੇਰੀ ਦਾਦੀ ਜਾਨ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੀ ਆ ਮਖਾ ਹਾਂਜੀ ਕਰਾ ਦਿਓ ਮੈਂ ਹਾਂਜੀ ਮੈਂ ਸੱਸੀਕਾਰ ਕਹਿੰਦੀ ਮੇਰਾ ਪਿੰਡ ਵੀਲਵਾਲਾ ਹੈ ਮਖਾ ਅੱਛਾ ਕੀ ਦਾ ਪੁੰਡਿਆ ਤੂੰ ਮਖਾ ਜੀ ਮੈਂ ਕਰਨੈਲ ਦਾ ਕੀ ਦਾ ਪੁੱਤ ਹੈ ਫਿਰ ਕਹਿੰਦੀ ਉਹ ਜਾਣਦੀ ਨਹੀਂ ਸੀ ਮਖਾ ਜੀ ਮੈਂ ਦ ਰੋਣ ਲੱਗ ਗਈ ਕਹਿੰਦੀ ਹਉ ਤੇ ਕੋਲ ਤਾਂ ਮੈਂ ਚਰਖਾ ਕੱਦੀ ਹੁੰਦੀ ਸੀ ਰੋ ਪੀ ਉਹ ਮੈਨੂੰ ਕਹਿੰਦੀ ਮੇਰੇ ਭਰਾ ਹੁੰਦੇ ਸੀ ਮੈਂ ਕਿਹਾ ਹੈਗੇ ਨੇ ਹੂੰ ਉਹਨੂੰ ਐਸੀ ਵੀ ਮਰ ਗਏ ਵੀ ਇੱਕ ਮਿਹਰਦੀਨ ਸੀ ਇੱਕ ਹਰਨਾਮ ਤੇ ਉਹ ਤਾਂ ਮਾ ਮੇਰੇ ਤਾਇਆ ਮੇਰੇ ਘਰ ਦੇ ਨਾਲ ਹੀ ਘਰ ਮੈਂ ਉਹਨਾਂ ਦੇ ਘਰ ਦਾ ਮੈਂ ਪੜਿਆ ਹੂੰ ਚਲੋ ਜੀ ਮੈਂ ਤਾਂ ਗੱਡੀ ਚੱਕੀ ਮਾਪੂਆ ਤੇਰੀ ਮੈਂ ਗੱਲ ਕਰਾਉਣਾ ਮੈਨੂੰ ਪੂਆ ਕਿਹਾ ਹੂੰ ਮੈਂ ਜਦੋਂ ਘਰ ਗਿਆ ਮੈਂ ਖੈ ਕਰਕੇ ਤੇ ਜੋ ਪੂਆ ਦਾ ਫੋਨ ਆਇਆ ਇੱਕ ਉਹਦਾ ਬਾਪ ਅੜੀਲ ਜਾਂ ਨਹੀਂ ਹੁੰਦੇ ਬੁੜੇ ਜਿਸ ਘਰੇ ਖੇਡਦੇ ਹੁੰਦੇ ਸਾਨੂੰ ਔਖਾ ਕੜ ਔਰ ਬੜੇ ਜਿਹਾ ਬੁੜਾ ਸੀਗਾ ਸੋ ਅਸੀਂ ਘਰੇ ਖੇਡਦੇ ਸਾਨੂੰ ਔਖਾ ਕੜਨਾ ਸੀ ਭੱਜਨ ਡਰਦੇ ਬਹੁਤ ਸੀ ਉਹ ਤੋਂ ਮੈਂ ਪਹਿਲੀ ਵਾਰੀ ਉਹਦੇ ਜਦੋਂ ਦੱਸਿਆ ਮੈਂ ਕਿ ਵੀ ਐ ਕਰਕੇ ਭੂਆ ਦਾ ਫੋਨ ਹੈ ਗੱਲ ਕਰਿਓ ਕਹਿੰਦਾ ਹੈ ਤੇ ਜੋ ਜਾਂਦੀ ਹੈ ਉਹ ਬੰਦਾ ਮੈਂ ਇੰਨਾ ਆਪਣੀ ਜ਼ਿੰਦਗੀ ਚ ਰੋਂਦਾ ਦੇਖਿਆ ਕੁੱਕਾ ਮਾਰ ਮਾਰ ਕੇ ਨਹੀਂ ਭੈਣੇ ਤੇਰੇ ਮੈਂ ਔਖ ਨੇ ਖਾ ਲਿਆ ਨਹੀਂ ਭੈਣੇ ਤੂੰ ਕਿੱਥੇ ਚਲੀ ਗਈ ਨਹੀਂ ਭੈਣੇ ਥੱਲੇ ਬੈਠਾ ਜੀ ਥੱਲੇ ਮੈਂ ਬੈਠਾ ਮੇਰੀ ਮੰਮੀ ਸੀ ਅਸੀਂ ਰੋ ਰੋ ਕੇ ਸਾਡਾ ਬੁਰਾ ਹਾਲ ਤੇ ਉਸ ਤੋਂ ਬਾਅਦ ਮੈਂ ਬੜੀ ਖੁਸ਼ੀ ਵੀ ਮੈਨੂੰ ਜਦ 60 65 ਸਾਲ ਬਾਅਦ ਕਿਉਂਕਿ 7-8 ਸਾਲ ਦੀ ਗੱਲ ਹੈ ਵੀ ਇੱਕ ਭੈਣ ਭਰਾ ਮਿਲ ਗਏ ਹਨ ਮੈਂ ਅਖਿਆ ਵੀ ਮੈਂ ਪਾਕਿਸਤਾਨ ਜਾਊਂ ਮੈਂ ਮੈਂ ਪਹਿਲੀ ਵਾਰੀ ਉਦੋਂ ਮੈਂ ਪਾਕਿਸਤਾਨ ਗਿਆ ਤੇ ਉਹਨ ਘਰ ਉਹਨਾਂ ਨੇ ਜੁੱਤੀ ਉਹ ਕਹਿੰਦੀ ਮੇਰੇ ਕੱਫਣ ਜ਼ਰੂਰ ਲੈ ਕੇ ਆਓ ਵੀ ਐ ਨਾ ਕਹਿਣ ਵੀ ਪੇਕੇ ਨਹੀਂ ਹੈਗੇ ਇਹਦੇ ਵੀ ਕੱਫਣ ਲਾਸਟ ਵਾਰ ਤੇ ਪਾਉਣਾ ਹੁੰਦਾ ਜਿਹੜਾ ਸੋ ਮੇਕਅੱਪਣਾ ਤੇ ਸਾਰੀ ਚੀਜ਼ਾਂ ਲੈ ਕੇ ਚਲਾ ਗਿਆ ਮੈਂ ਜਦੋਂ ਪਿੰਡ ਵੜਿਆ ਪਿੰਡ ਚ ਕਾਫੀ ਕੱਟ ਸੀਗਾ ਮੇਰੀ ਵੇਟ ਕਰੀਦੀ ਚਨੌਟ ਪਿੰਡ ਸੀ ਨਾਸਰ ਚਨੋਟੀ ਦਾ ਪਿੰਡ ਫੈਸਲਾਬਾਦ ਕੋਲ ਜਦੋਂ ਮੈਂ ਉਤਰਿਆ ਗੱਡੀ ਚੋਂ ਮੈਂ ਦੇਖਿਆ ਮੈਂ ਕਿਹੜੀ ਹੈ ਮੇਰੀ 부ਆ ਮੈਂ ਉਹ ਬੁੜੀ 75 80 ਸਾਲ ਦੀ ਬੁੜੀਆਂ ਦੇ ਵਿੱਚੋਂ ਭੱਜ ਲਈ ਐ ਕਰਕੇ ਮੈਂ ਮੈਂ ਅੱਗੇ ਹੋ ਗਿਆ ਮੈਂ ਵੀ ਮੈਂ ਵੀ ਅੱਗੇ ਤੇਜ਼ ਹੋ ਗਿਆ ਮੈਨੂੰ ਉਹਨੇ ਜੱਫੀ ਪਾ ਕੇ ਇੰਨਾ ਰੋਈ ਮਿੱਟੀ ਚ ਬਹਿ ਗਏ ਥੱਲੇ ਕੱਚਾ ਸੀਗਾ ਉਨੇ ਇੱਥੇ ਹੱਥ ਰੱਖ ਲੈ ਮੇਰੇ ਬੇਪੁੱਤ ਮੇਰੇ ਇੱਥੇ ਹੱਥ ਰੱਖ ਲੈ ਮੇਰੇ ਠੰਡ ਪੈ ਗਈ ਬੇਪੁੱਤ ਮੇਰੇ ਇੱਥੇ ਹੱਥ ਰੱਖ ਲੈ ਫਿਰ ਉਹ ਗਵੰਡਣਾ ਨੂੰ ਦੱਸੇ ਤੁਸੀਂ ਕਹਿੰਦੇ ਸੀ ਨਾ ਵੀ ਪੇਕਿਆਂ ਬਾਰੀ ਆ ਆ ਦੇਖੋ ਮੇਰੇ ਭਤੀਜਾ ਆਇਆ ਆ ਦੇਖੋ ਸਰਦਾਰ ਆਏ ਸੋ ਮੈਂ ਉਹ ਮੈਸ ਨੂੰ ਦੱਸ ਨਹੀਂਦਾ ਹੁਣ ਵੀ ਮੈਂ পাপਕ ਹੋ ਗਿਆ ਇਹ ਬਹੁਤ ਬਹੁਤ ਗੁਰਚੇ ਤੇ ਬਹੁਤ ਵਧੀਆ ਗੱਲ ਆ ਕਿਸੇ ਆਰਟਿਸਟ ਦੇ ਲਈ ਕਿਉਂਕਿ ਇੰਨਾ ਕਨੈਕਟਡ ਹੋਣਾ ਲੋਕਾਂ ਲਈ ਤਾਂ ਆਮ ਤੌਰ ਤੇ ਬਿਲਕੁਲ ਇਹੀ ਹੁੰਦਾ ਕਿ ਆਮ ਤੁਸੀਂ ਸੋਸ਼ਲ ਤੁਹਾਡਾ ਬਹੁਤ ਘਟ ਜਾਂਦਾ ਜਦੋਂ ਤੁਸੀਂ ਫਾਈਨੈਂਸ਼ਲੀ ਵਧੀਆ ਹੋ ਜਾਂਦੇ ਹੋ ਜਾਂ ਪਛਾਣ ਬਣ ਜਾਂਦੀ ਹੈ ਤੁਹਾਡੇ ਤੇ ਇਹ ਚੀਜ਼ਾਂ ਨਹੀਂ ਹਾਵੀ ਹੋਈਆਂ ਨਾ ਜੀ ਨਾ ਬਿਲਕੁਲ ਨਹੀਂ ਮੇਰੇ ਕੋਲੇ ਸਿੱਖਣ ਆਉਂਦੇ ਨੇ ਮੁੰਡੇ ਆਪਣੇ ਜਵਾਕਾ ਵਾਂਗੂ ਰੱਖੀਦੇ ਨੇ ਤੇ ਕਈ ਸਿੱਖ ਜਾਂਦੇ ਨੇ ਕਈ ਉਹੀ ਫਿਰ ਅੱਜਕੱਲ ਮਾਪਿਆਂ ਨੂੰ ਨਹੀਂ ਸੈਨਦੇ ਗੁਰੂ ਨੂੰ ਤਾਂ ਕੀਨੇ ਸੈਨਣਾ ਸੋ ਚੱਲਦਾ ਵਧੀਆ ਸਿੱਖਦੇ ਜਾਂਦੇ ਨੇ ਵੀ ਜੇ ਲਵਾ ਕੇ ਭੱਜ ਜਾਂਦੇ ਨੇ ਮੁੜ ਕੇ ਕੋਈ ਪਹਿਲਾ ਤਾਂ ਕਹਿੰਦੇ ਨੇ ਸਰ ਜੀ ਅਸੀਂ ਤੁਹਾਡੇ ਫੈਨ ਆ ਸਾਨੂੰ ਕੰਮ ਦੇ ਦਿਓ ਸਰ ਜੀ ਅਸੀਂ ਸਾਨੂੰ ਇੱਕ ਨਹੀਂ तकरीबन तकरीबन ਸਾਰੇ ਮੈਂ ਕਹਿੰਦਾ ਉਹਨਾ ਵੀ ਕਲਾਕਾਰ ਹੈ ਜਿਹੜਾ ਨਾ ਤੇ ਬਹੁਤ ਖਤਰਨਾਕ ਹੈ ਗਿਰਗਟ ਰੰਗ ਕੱਟ ਬਦਲਦੀ ਹੈ ਜਿੰਨਾ ਕਲਾਕਾਰ ਬਦਲਦਾ ਹੈ ਕਲਾਕਾਰ ਮੂੰਹ ਤੇ ਕੁਝ ਹੋਰ ਕਹਿੰਦਾ ਹੈ ਜਦੋਂ ਤੁਸੀਂ ਚਲੇ ਜਾਵੋਗੇ ਪਿੱਠ ਪਿੱਛੋਂ ਕੁਝ ਹੋਰ ਕਹਿੰਦਾ ਹੈ ਇਹ ਕਿਸੇ ਦਾ ਵੀ دین ਧਰਮ ਹੈ ਮੈਂ ਕਹਿੰਦਾ ਵੀ ਹਰ ਤਰ੍ਹਾਂ ਦਾ دین ਧਰਮ ਹੈ ਪਰ ਕਲਾਕਾਰ ਦਾ ਕੋਈ دین ਧਰਮ ਨਹੀਂ ਹੈਗਾ ਇਹ ਜੜਾ ਵੱਢਣ ਲੱਗਿਆ ਵੀ ਮੈਂਟਲ ਆਉਂਦਾ ਔਰ ਮੈਂ ਦੱਸਦਾ ਨਾ ਵੀ ਜਿਹਦੇ ਮੂੰਹ ਤੇ ਚੂਨਾ ਲੱਗਿਆ ਨਾ ਚੂਨਾ ਨਹੀਂ ਮੇਕਅਪ ਵੀ ਉਹਦਾ ਕਦੇ ਜ਼ਿੰਦਗੀ 'ਚ ਭਰੋਸਾ ਨਾ ਕਰੋ ਮੈਂ ਬੁੱਕ ਲਿਖੀ ਹੈ ਮੈਂ ਫਿਰ ਵੀ ਜਿਉਂਦਾ ਹਾਂ ਮੇਰੇ ਜਵਾਕਾਂ ਨੇ ਉਹਨੂੰ ਕਹਿੰਦੇ ਨਹੀਂ ਵੀ ਆਪਾਂ ਨੇ ਨਹੀਂ ਛਪਾਉਣੀ ਹੈਗੀ ਐਵੇਂ ਤੁਸੀਂ ਉਹੀ ਦੁਸ਼ਮਣੀਆਂ ਪਾਉਂਦੇ ਰਹਿੰਨੇ ਹੋ ਰੌਲਾ ਪੈ ਜੂਗਾ ਰੌਲਾ ਪੈ ਜੂਗਾ ਤੁਸੀਂ ਦੁਸ਼ਮਣੀਆਂ ਪਾਉਂ ਉਹਦੇ ਵਿੱਚ ਮੈਂ ਬੜਾ ਕੁਝ ਲਿਖਿਆ ਸੱਚ ਲਿਖਿਆ ਜਿਹੜੇ ਕਲਾਕਾਰ ਰੂੜੀਆਂ ਤੋਂ ਚੱਕ ਕੇ ਮੈਂ ਕਲਾਕਾਰ ਬਣਾ ਦੇ ਵੀ ਚਲਾ ਜਾ ਯਾਰ ਤੂੰ ਕਰ ਤੂੰ ਆਹ ਰੋਲ ਕਰ ਯਾਰ ਤੂੰ ਆਹ ਕਰ ਯਾਰ ਤੂੰ ਐ ਕਰ ਯਾਰ ਕੁਸ਼ਕ ਜਿਹੜੇ ਕਲਾਕਾਰ ਸੀਗੇ ਆਪਦੇ ਆਪ ਨੂੰ ਵੀ ਮਹਿਫਿਲਾਂਾਂ 'ਚ ਕੰਮ ਕਰ ਰਹਿਆਂ ਲੈ ਉਹ ਕੌਣ ਐ ਲੈ ਛੱਡ ਬੜੇ ਨਾਮ ਦਿੱਤੇ ਨੇ ਸਾਰੇ ਤਕਰੀਬਨ ਤਕਰੀਬਨ ਸਾਰਿਆਂ ਨੂੰ ਪਤਾ ਹੈ ਵੀ ਕਿੰਨੇ ਜਿਹੜੇ ਆਪਣੀ ਫੈਮਲੀਆਂ ਨੇ ਨਾਮ ਦਿੱਤੇ ਨੇ ਉਹ ਫਿਰ ਕਈ ਵਾਰੀ ਉਹ ਫਿਰ ਜਦੋਂ ਇੰਟਰਵਿਊ ਦੇ ਵਿੱਚ ਫੈਮਲੀ ਦਾ ਨਾਮ ਲੈਣਾ ਵੀ ਚੰਗਾ ਜਾਂਦਾ ਵਿਚਾਰ ਫੈਮਿਲੀ ਦਾ ਕੀ ਨਾਮ ਲੈਣਾ ਵੀ ਮੈਂ ਤਾਂ ਵੱਡੀਆਂ ਫਿਲਮਾਂ ਕਰਦਾ ਮੈਂ ਤਾਂ ਕਹਿੰਦਾ ਪਰ ਜਿਹੜਾ ਕੰਮ ਹੁੰਦਾ ਹੈ ਜਿਹੜੀ ਚੀਜ਼ ਨੇ ਸਾਡੀ ਪਛਾਣ ਬਣਾਈ ਹੈ ਜਿਹੜੀ ਸੀਰੀਜ਼ ਨੇ ਸਾਨੂੰ ਨਾਮ ਬਣਾਇਆ ਜਿਹੜੀ ਚੀਜ਼ ਨੇ ਸਾਨੂੰ ਰੋਟੀ ਦਿੱਤੀ ਉਹਨੂੰ ਆਪਾਂ ਕਦੇ ਭੁੱਲਣਾ ਨਹੀਂ ਚਾਹੀਦਾ ਗੁਰਜੇਤ ਜੀ ਜਿਵੇਂ ਤੁਸੀਂ ਹੁਣ ਕਰਕੇ ਹਟਿਓ ਕਿ ਵੱਡੀਆਂ ਫਿਲਮਾਂ 'ਚ ਕੰਮ ਕਰਦਾ ਜਾਂ ਛੋਟਾ ਇਹਨੂੰ ਗਿਣ ਲਿਆ ਜਾਂ ਹਾਲਾਂਕਿ ਇਹ ਕਲਾ ਵਾ ਬਹੁਤ ਵੱਡੀ ਕਲਾ ਤਾਂ ਪਲੇਟਫਾਰਮ ਉਹੀ ਰਹਿੰਦਾ ਵਾ ਜਿਹੜੇ ਕਰੈਕਟਰ ਨੇ ਬਹੁਤ ਵੱਡੇ ਨੇ ਤੁਹਾਡੇ ਤੁਸੀਂ ਕੀਤੀਆਂ ਮੇਨਸਟ੍ਰੀਮ ਫਿਲਮਾਂ ਵੀ ਕਾਫੀ ਕੀਤੀਆਂ ਪਰ ਤੁਸੀਂ ਜਿਹੜੇ ਇੱਕ ਆਰਟਿਸਟਾਂ ਦਾ ਬੁਕੇ ਆ ਪੂਰਾ ਤੁਸੀਂ ਉਹਦੇ ਵਿੱਚ ਘੱਟ ਸ਼ਾਮਲ ਹੋਨੇ ਤੁਸੀਂ ਆਪਣੀ ਮੌਜ ਦੇ ਵਿੱਚ ਬਹੁਤ ਖੁਸ਼ ਹੋ ਹੈਨਾ ਤੁਸੀਂ ਆਪਣੀ ਜਿਹੜੀਆਂ ਫਿਲਮਾਂ ਕਰ ਰਹੇ ਹੋ ਇਹਦੇ ਵਿੱਚੋਂ ਤੁਸੀਂ ਕਿਉਂ ਨਹੀਂ ਅਸੀਂ ਤੁਹਾਨੂੰ ਦੇਖ ਪਾਰੇ ਜਿਹੜੇ ਮੇਨ ਕਈ ਲੀਡਿੰਗ ਸਟਾਰ ਹੈਗੇ ਨੇ ਉਹਨਾਂ ਦੇ ਵਿੱਚ ਕਿਉਂ ਨਹੀਂ ਆਉਂਦੇ ਕਿਉਂਕਿ ਟੈਲੈਂਟ ਬਹੁਤ ਜ਼ਿਆਦਾ ਤੁਹਾਡੇ ਵਿੱਚ ਤੁਹਾਡੀ ਕੱਲੀ-ਕੱਲੀ ਚੀਜ਼ ਇਹਦਾ ਇੱਕ ਡਾਇਲੌਗ ਬਣਦਾ ਚਾਹੇ ਤੁਹਾਡੇ ਐਕਸ਼ਨ ਨੇ ਅਸੀਂ ਹੁਣ ਵੀ ਆਏ ਆ ਇੱਥੋਂ 3 ਕਿਲੋਮੀਟਰ ਦਾ ਇਸ ਪਿੰਡ ਦੇ ਵਿੱਚ ਸਫ਼ਰ ਕੀਤਾ ਔਰ ਗੱਡੀ ਕਿੰਨੀ ਵਾਰ ਰੁਕੀਆ ਔਰ ਹੁਣ ਵੀ ਅਸੀਂ ਦਰਸ਼ਕੋ ਲੋਕ ਅਸੀਂ ਪਿੱਛੇ ਖੜਾਏ ਹੈਗੇ ਨੇ ਇੰਨਾ ਇਹਨਾਂ ਦਾ ਕ੍ਰੇਜ਼ ਹੈ ਇੱਥੇ ਸੋ ਇਹ ਕਿਉਂ ਅਸੀਂ ਤੁਹਾਨੂੰ ਨਹੀਂ ਅਜੇ ਦੇਖ ਰਹੇ ਦਰਸ਼ਕ ਕਿਉਂਕਿ ਪਹਿਲੀ ਗੱਲ ਤਾਂ ਮੈਂ ਬਾੜੀ ਉਹ ਨਹੀਂ ਕਰਦਾ ਹੈਗਾ ਵੀ ਮੈਨੂੰ ਕੰਮ ਦਿਓ ਮੈਨੂੰ ਕੰਮ ਦਿਓ ਮੇਰੇ ਕੋਲੇ ਆਪਣੇ ਕੋਲੇ ਮਾਲਕ ਦੀ ਕਿਰਪਾ ਨਾਲ ਆਪਣੇ ਕੋਲੇ ਕੰਮ ਬਹੁਤ ਹੈ ਮੈਂ ਸ਼ਮਾਰੋ ਨੇ ਮੈਨੂੰ ਕਿਹਾ ਵੀ ਮੈਨੂੰ 10 ਫਿਲਮਾਂ ਸ਼ੂਟ ਦੇਣੀ ਦੇਣੀਆਂ ਨੇ ਤਾਂ ਸੋ ਮੈਨੂੰ 10 ਨਹੀਂ ਬਣਦੀਆਂ ਫਿਰ ਵੀ 4 5 6 ਇੰਨੀਆਂ ਕ ਬਣ ਜਾਂਦੀਆਂ ਨੇ ਕਿ ਜਿੰਨੀਆਂ ਕ ਆਪ ਹੀ ਲਿਖਣਾ ਬਾਕੀ ਮੇਰੇ ਕੋਲੇ ਨਾਟਕਾਂ ਦਾ ਬਹੁਤ ਵਧੀਆ ਕੰਮ ਹੈ ਮਾਲਕ ਦੀ ਕਿਰਪਾ ਨਾਲ ਨਾਟਕ ਵਧੀਆ ਹੁੰਦੇ ਨੇ ਚੰਗੀ ਰੋਟੀ ਖਾਂਦੇ ਆਂਗੇ ਤੇ ਨਾ ਹੀ ਮੈਂ ਕਦੇ ਕੋਲੇ ਕਿਸੇ ਕੋਲੇ ਜਾ ਕੇ ਕਿਹਾ ਮੈਨੂੰ ਕੰਮ ਦੇ ਦਿਓ ਨਾ ਹੀ ਮੈਂ ਕਦੇ ਕਿਸੇ ਦੀ ਚਮਚਾਗਿਰੀ ਕਰੀ ਹੈ ਆਪਣਾ ਕੰਮ ਹੀ ਮੇਰੇ ਕੋਲੇ ਮੈਨੂੰ ਲੱਗਦਾ ਵੀ ਬਹੁਤ ਜ਼ਿਆਦਾ ਕੰਮ ਹੈ ਮੈਂ ਕਿੰਨੇ ਜਾਣੇ ਰੋਟੀ ਖਾਂਦੇ ਨੇ ਬੜੀ ਖੁਸ਼ੀ ਹੈ ਗੁਰਜੀਤ ਜੀ ਆਪਣੀ ਫੀਲਡ ਦੇ ਵਿੱਚ ਜਿਹੜੀ ਆਹ ਫਿਲਮੀ ਫੀਲਡ ਹੈ ਦੇ ਵਿੱਚ ਹੈ ਅਜੇ ਵੀ ਆਹ ਆਓ ਭਗਤ ਚਮਚਾਗਿਰੀ ਪਰ ਉਹ ਰੋ ਜਦੋਂ ਅਸੀਂ ਆਹ ਫੈਮਿਲੀ 420 ਵਾਂਸ ਅਗੇਨ ਵੀ ਬਣਾਈ ਕਹਿੰਦੇ ਕਹੋਂਦੇ ਜਿਹੜੇ ਕਹਿੰਦੇ ਸੀ ਵੀ ਯਾਰ ਮੈਂ ਖੈਰ ਇਹਦਾ ਮੈਨੂੰ ਫੋਨ ਆ ਗਿਆ ਮੈਂ ਸੋ ਨੂੰ ਦੱਸ ਨਹੀਂ ਸਕਦਾ ਐਡੇ ਬੜੇ ਵਧੀਆ ਨਾਮਵਰ ਕਲਾਕਾਰਾਂ ਦੇ ਮੈਨੂੰ ਫੋਨ ਆਏ ਪਤਾ ਨਹੀਂ ਮੇਰਾ ਕਿੱਥੋਂ ਨੰਬਰ ਲਿਆ ਉਹਨਾਂ ਨੇ ਬਾਈ ਐ ਕਿ ਮੇਰਾ ਰੋਲ ਜ਼ਰੂਰ ਰੱਖੀਂ ਕਾਸ਼ ਅਸੀਂ ਅੱਜ ਤੱਕ ਕਿਸੇ ਨੂੰ ਇਹ ਕਹੀ ਨਹੀਂ ਹੈਗਾ ਵੀ ਜੋ ਕੋਈ ਫਿਲਮ ਬਣਾ ਰਿਹਾ ਪ੍ਰੋਡੂਸਰ ਬਣਾ ਰਿਹਾ ਜਾਂ ਕੁਝ ਹੋਰ ਵੀ ਮੇਰਾ ਰੋਲ ਯਾਰ ਪੱਕਾ ਰੱਖੀ ਕੋਈ ਵੀ ਮੈਨੂੰ ਕਹ ਦੇ ਵੀ ਅੱਜ ਤੱਕ ਵੀ ਮੈਨੂੰ ਕਿਹਾ ਹੋਵੇ ਨਾ ਅਸੀਂ ਕਦੇ ਕਿਸੇ ਨੂੰ ਕਿਹਾ ਹਾਂ ਜਿੰਨੀਆਂ ਫਿਲਮਾਂ ਦੇ ਵਿੱਚ ਕੰਮ ਕਰਿਆ ਉਹਨਾਂ ਨੇ ਸਾਨੂੰ ਆਪ ਬੁਲਾਇਆ ਅਜ ਜੋ ਸਾਨੂੰ ਵਧੀਆ ਰੋਲ ਲੱਗੋ ਤਾਂ ਮੈਂ ਉਹ ਕੰਮ ਕੀਤਾ ਇੱਕ ਭਾਰਤੀ ਜੀ ਦਾ ਸ਼ੋਹ ਤੀਗਾ ਉਹਦੇ ਵਿੱਚ ਡਬਲ ਮੀਨਿੰਗ ਸੀ ਮੈਂ ਸਿੱਧਾ ਜਵਾਬ ਦੇ ਕੇ ਆ ਗਿਆ ਸੀ ਵੀ ਮੈਂ ਨਹੀਂ ਕਰਨਾ ਹੈਗਾ ਤੇ ਹੁਣ ਇੱਕ ਦੁਬਾਰਾ ਸ਼ੋਅ ਸ਼ੁਰੂ ਹੋਣ ਜਾ ਰਿਹਾ ਹੈਗਾ ਉਹਦੇ ਵਿੱਚ ਅਸੀਂ ਜਿਸ ਤਰ੍ਹਾਂ ਕਪਲ ਦਾ ਸ਼ੋਅ ਹੈ ਇਸ ਤਰ੍ਹਾਂ ਉਹਦੇ ਵਿੱਚ ਮੈਂ ਤੁਹਾਨੂੰ ਨਜ਼ਰ ਆਵਾਗੇ ਕਾਫੀ ਵਧੀਆ ਆਰਟਿਸਟਾਂ ਨਾਲ ਬਹੁਤ ਵਧੀਆ ਗੱਲਾਂ ਤੁਸੀਂ ਉਹਨੇ ਡਬਲ ਮੀਨਿੰਗ ਦੀ ਗੱਲ ਕਰਤੀ ਕੁਝ ਲੋਕ ਤੁਹਾਡੀਆਂ ਜਿਹੜੀਆਂ ਫਿਲਮਾਂ ਨੇ ਉਹਦੇ ਉੱਤੇ ਵੀ ਇਹ ਚੀਜ਼ਾਂ ਦਾ ਟੈਗ ਲਾਉਂਦੇ ਨੇ ਅੱਜ ਕਲੀਅਰ ਕਰ ਦੋ ਉਸ ਚੀਜ਼ ਨੂੰ ਦੇਖੋ ਜੀ ਮੈਂ ਕਹਿੰਨਾ ਵੀ ਜਦੋਂ ਸਖਿਆਰਤੀ ਹੁੰਦਾ ਬੰਦਾ ਉਹਦਾ ਕੁਝ ਨਹੀਂ ਪਤਾ ਹੁੰਦਾ ਪਹਿਲਾਂ ਮੈਂ ਦੱਸਿਆ ਤੁਹਾਨੂੰ ਵੀ ਉਹਦਾ ਸਾਨੂੰ ਪਤਾ ਹੀ ਨਹੀਂ ਸੀ ਕੁਝ ਵੀ ਕਿਵੇਂ ਕੀ ਕੀ ਲੋਕ ਪਸੰਦ ਕਰਦੇ ਨੇ ਕੀ ਲੋਕੋ ਕਰਦੇ ਨੇ ਹਾਂ ਫੈਮਿਲੀ 420 ਦੇ ਵਿੱਚ ਅਸੀਂ ਜਵਾਕਾ ਤੋਂ ਗਾਣਾ ਕਢਾਈਆਂ ਨੇ ਗੀਆਂ ਉਦੋਂ ਬਾਅਦ ਮੈਂ ਕਿਸੇ ਫਿਲਮ ਦੇ ਵਿੱਚ ਤੁਸੀਂ ਦੇਖਿਆ ਹੋਣਾ ਉਹਦੇ 'ਚ ਕੋਈ ਮੈਸੇਜ ਵੀ ਨਹੀਂ ਫੈਮਿਲੀ 420 ਦੇ ਵਿੱਚ ਮੈਂ ਤੁਹਾਨੂੰ ਰੋਲ ਐਂਟਰਟੇਨਮੈਂਟ ਐਂਟਰਟੇਨਮੈਂਟ ਸੀਗਾ ਬੁਢਾ ਵਿਆਹ ਕਰਾ ਲੈਂਦਾ ਬੁਢੇ ਦੇ ਪਿੱਛੇ ਪੈ ਕੇ ਬਾਪ ਦੀ ਬੇਇੱਜ਼ਤੀ ਕਰਦੇ ਆ ਬਾਪ ਨੂੰ ਐ ਕਹਨੇ ਆ ਬਾਪ ਕੀ ਕਰਿਆ ਫਿਰ ਬਾਪ ਭਈਆ ਰਾਣੀ ਲਿਆਉਂਦਾ ਉਹ ਮੈਨੂੰ ਮੈਨੂੰ ਖੁਦ ਨਹੀਂ ਵਧੀਆ ਲੱਗਦੀ ਹੁਣ ਉਹ ਗੱਲਾਂ ਪਰ ਹੁਣ ਅਸੀਂ ਚਾਹੁੰਦੇ ਆ ਵੀ ਕੋਈ ਮੈਸੇਜ ਹੋਵੇ ਲੋਕਾਂ ਨੂੰ ਇਹ ਤੋਂ ਕੋਈ ਸਿੱਖਿਆ ਮਿਲੇ ਕੋਈ ਘਰ ਘਰ ਮੈਸੇਜ ਪਹੁੰਚੇ ਨਸ਼ਿਆਂ ਦਾ ਹੋਇਆ ਜਿਵੇਂ ਸਾਡੀ ਫਿਲਮ ਸੀਗੀ ਆਪਣੀ ਛੜਿਆਂ ਦੀ ਫੈਮਿਲੀ ਇੱਕ ਨਾਮ ਕਿਸ ਤਰ੍ਹਾਂ ਦਾ ਹੈ ਉਹਦੇ 'ਚ ਛੜਿਆਂ ਨੂੰ ਮੈਂ ਮੈਸੇਜ ਦਿੱਤਾ ਵੀ ਛੜੇ ਤਪੱਸਿਆ ਕਰਦੇ ਨੇ ਉਹ ਵੀ ਸ਼ਿਵਜੀ ਪ੍ਰਗਟ ਹੁੰਦਾ ਹੈ ਕਹਿੰਦਾ ਵੀ ਦੱਸੋ ਕਹਿੰਦਾ ਸਾਡਾ ਵਿਆਹ ਨਹੀਂ ਹੁੰਦਾ ਕਹਿੰਦਾ ਤੁਹਾਡਾ ਵਿਆਹ ਕਿਵੇਂ ਉਹ ਤੁਹਾਡੇ ਹਿੱਸੇ ਦਾ ਲੋਕਾਂ ਨੇ ਕੁੜੀਆਂ ਜੰਮਣ ਤੋਂ ਪਹਿਲਾਂ ਮਾਰਤੀਆਂ ਕਹਿੰਦਾ ਫਿਰ ਹੁਣ ਸਾਡਾ ਵਿਆਹ ਨਹੀਂ ਹੋਣਾ ਇਹਦਾ ਕੋਈ ਹੱਲ ਦੱਸੋ ਕਹਿੰਦਾ ਤੁਸੀਂ ਪਰੌਣ ਹੱਤਿਆ ਰੋਕੋ ਤੁਹਾਡਾ ਵਿਆਹ ਆਪਣੇ ਆਪ ਹੋ ਜਾਊਗਾ ਇਸ ਤਰ੍ਹਾਂ ਮੈਸੇਜ ਜਿਵੇਂ ਸੀਗੇ ਇੱਕ ਕਰਜ਼ਾ ਕਿਸਾਨਾਂ ਦੀ ਉਸ ডিসੀ trast ਦੀ ਸੀ ਜਿਹੜੀ ਕਿਸ ਤਰ੍ਹਾਂ ਕਰਜ਼ੇ ਦੇ ਵਿੱਚ ਸੀ ਲੋਕ ਖੁਦਕੁਸ਼ੀਆਂ ਕਰਦੇ ਨੇ ਜਿੰਨੀਆਂ ਵੀ ਫਿਲਮਾਂ ਨੇ ਉਦੋਂ ਬਾਅਦ ਜਿੰਨੀਆਂ ਸੀ ਕਰੀਆਂ ਚਾਹੇ ਕੋਈ ਵੀ ਐ ਉਹ ਸਾਰੀਆਂ ਇਹਦੇ ਵਿੱਚ ਮੈਸੇਜ ਸੀ ਅਤੇ ਗੁਰਚੇਤ ਜੀ ਇੱਕ ਸਮਾਂ ਆਇਆ ਜਦੋਂ ਕਹਿਣ ਲੱਗੇ ਕਿ ਗੁਰਚੇਤ ਚਿੱਤਰਕਾਰ ਵੀ ਜਿਵੇਂ ਹੋਰ ਕਮੇਡੀਅਨ ਭਗਵੰਤ ਮਾਨ ਹੋਰੀ ਰਾਜਨੀਤੀ 'ਚ ਆ ਗਏ ਗੁਰਚੇਤ ਚਿੱਤਰਕਾਰ ਵੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਿਹਾ ਟਿਕਟ ਮਿਲ ਰਹੀ ਹੈ ਰਾਜਨੀਤੀ ਦੇ ਵਿੱਚ ਆ ਰਿਹਾ ਅਸਰ ਗਰਮ ਰਾਜਨੀਤੀ ਚ ਆ ਰਿਹਾ ਔਰ ਕਈ ਤਰ੍ਹਾਂ ਦੇ ਤੁਹਾਡੀ ਫੈਨ ਬੇਸ ਹੈ ਜਿਹੜੀ ਉਹਨਾਂ ਦੇ ਵੱਲੋਂ ਵੀ ਤਰ੍ਹਾਂ ਤਰ੍ਹਾਂ ਦੇ ਕਿੰਤੂ ਪਰੰਤੂ ਕੀਤੇ ਗਏ ਐਂਟੀ ਪਾਰਟੀਆਂ ਦੇ ਵੱਲੋਂ ਵੀ ਕਾਫੀ ਪੋਸਟਾਂ ਪਾਈਆਂ ਗਈਆਂ ਇਹ ਸਾਰਾ ਕੀ ਦੌਰ ਸੀ ਤੁਸੀਂ ਭਗਵੰਤ ਮਾਨ ਹੋਣ ਲਈ ਉਦੋਂ ਪ੍ਰਚਾਰ ਵੀ ਕੀਤਾ ਸੀ ਮੈਂ ਭਗਵੰਤ ਉਦੋਂ ਮੈਂ ਇਹ ਸੀਗਾ ਜੀ ਉਦੋਂ ਮੈਂ ਇਹ ਨਹੀਂ ਸੀ ਕੋਈ ਪਾਰਟੀ ਵਾਸਤੇ ਨਹੀਂ ਕੀਤਾ ਸੀ ਮੈਨੂੰ ਐ ਸੀ ਵੀ ਕੋਈ ਤੀਸਰੀ ਪਾਰਟੀ ਖੜੀ ਹੋਈ ਹੈ ਇਹਨਾਂ ਦੇ ਖਿਲਾਫ ਕੋਈ ਬੋਲਣ ਵਾਲਾ ਹੈਗਾ ਵੀ ਅਸੀਂ ਚਾਹੁੰਦੇ ਸੀਗੇ ਵੀ ਸਿਸਟਮ ਚੇਂਜ ਹੋਵੇ ਸਾਡੀ ਲੜਾਈ ਸ਼ੁਰੂ ਤੋਂ ਹੀ ਗੁਰシャンਨ ਭਾਈ ਦੇ ਨਾਲ ਜਦੋਂ ਤੋਂ ਕੰਮ ਕੀਤਾ ਸਾਡੀ ਤਾਂ ਲੜਾਈ ਸਿਸਟਮ ਨਾਲ ਹੈ ਵੀ ਸਿਸਟਮ ਸਹੀ ਹੋਣਾ ਚਾਹੀਦਾ ਉਹ ਅਸੀਂ ਇਹ ਸੀ ਵੀ ਸਿਸਟਮ ਸਹੀ ਹੋਵੇ ਮੈਨੂੰ ਕੋਈ ਵੀ ਕਹੇ ਦੇ ਵੀ ਭਾਈ ਗੁਰਚੇਤ ਨੇ ਪੈਸੇ ਲਏ ਹੋਣ ਵੀ ਜਾਂ ਭਗਵੰਤ ਦੇ ਕੋਈ ਵੀ ਪਾਰਟੀ ਦਾ ਬੰਦਾ ਕਹੇ ਮੈਂ ਤਾਂ ਤੇਲ ਵੀ ਨਹੀਂ ਪਵਾਇਆ ਸੀ ਭਗਵੰਤ ਨੇ ਮੈਨੂੰ ਖੁਦ ਕਿਹਾ ਵੀ ਨਹੀਂ ਸਾਡੀ ਪਾਰਟੀ ਚ ਮੈਂ ਸਾਰੀ ਟੀਮ ਲੈ ਕੇ ਆਪਣੀ ਪਹੁੰਚ ਗਿਆ ਸੀਗਾ ਅਸੀਂ ਉੱਥੇ ਪ੍ਰਚਾਰ ਕਰਦੇ ਤੇ ਇਧਰੋਂ ਇਧਰ ਜਾਂਦੇ ਤੇ ਮੈਂ ਕਹਿੰਦਾ ਵੀ ਬੈਠ ਕੇ ਜਿੱਥੇ ਕਿਤੇ ਭਗਵੰਤ ਮਾਨ ਸਾਹਿਬ ਨਹੀਂ ਪਹੁੰਚ ਸਕਦੇ ਉੱਥੇ ਮੈਂ ਇਹਨੂੰ ਕਹਿੰ ਚੇਤ ਭੇਜ ਦੋ ਰੋਡ ਸ਼ੋਅ ਕਰਨਾ ਧਨੋਲੇ ਕਰਨਾ ਲੌਂਗਵਾਲ ਕਰਨਾ ਇੰਨਾ ਦਾ ਵੱਡਾ ਰੋਡ ਸ਼ੋਅ ਤੇ ਅਸੀਂ ਖੁਦ ਕਰਦੇ ਸੀਗੇ ਅਸੀਂ ਕਿਸੇ ਸਾਨੂੰ ਕੋਈ ਲਾਲਚ ਨਹੀਂ ਸੀ ਸਾਡੀ ਬਸ ਜੰਗ ਤੇ ਜਰੀ ਇਹਨਾਂ ਦੋਨਾਂ ਦੇ ਖਿਲਾਫ ਸੀ ਕਾਂਗਰਸ ਤੇ ਕਾਲੀਆਂ ਦੇ ਵੀ ਯਾਰ ਇਹ ਸਿਸਟਮ ਚੇਂਜ ਹੋਣਾ ਚਾਹੀਦਾ ਕਿ ਨਵੀਂ ਪਾਰਟੀ ਆਵੇ ਫਿਰ ਉਦੋਂ ਬਾਅਦ ਮਨ ਜਾ ਖੱਟਾ ਹੁੰਦਾ ਗਿਆ ਜੋ ਰਾਜਨੀਤੀ ਹੈ ਪਰ ਨਾ ਮੈਨੂੰ ਕੋਈ ਟਿਕਟ ਦਾ ਲਾਲਚ ਹੈ ਮੈਨੂੰ ਕੋਈ ਨਾ ਮੈਨੂੰ ਕਿਸੇ ਚੀਜ਼ ਦਾ ਲਾਲਚ ਹੈ ਨਾ ਮੈਨੂੰ ਕੋਈ ਸਿਆਸਤ ਕਰ ਕੋਈ ਦਿਲਚਸਪੀ ਹੈ ਨਾ ਮੈਨੂੰ ਕੋਈ ਹੋਰ ਹੋਵੇ ਨਾ ਮੈਨੂੰ ਕਿਸੇ ਤੱਕਰ ਕੋਈ ਉਹ ਨਹੀਂ ਸਾਡੀ ਤਾਂ ਸਿਰਫ ਅਸੀਂ ਚੌਂਕੀਦਾਰਾਂ ਹੋਕਾ ਦਿੰਦੇ ਰਹਾਂਗੇ ਚਾਹੇ ਕੋਈ ਪਾਰਟੀ ਵੀ ਆ ਜਾਏ ਜਿਹੜਾ ਗਲਤ ਹੈ ਉਹਨੂੰ ਗਲਤ ਕਹਾਂਗੇ ਪੰਜਾਬ ਦੇ ਲਈ ਦਰਦਾ ਅੱਛਾ ਗੁਰਚੇਦ ਗੁਰਚੇਦ ਜੀ ਜਿਹੜਾ ਜਿਵੇਂ ਤੁਸੀਂ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਦੇ ਖਿਲਾਫ ਜਾ ਤੁਸੀਂ ਕਿਹਾ ਕਿ ਤੀਜਾ ਬਦਲ ਨੂੰ ਸਪੋਰਟ ਕਰਨ ਦੀ ਗੱਲ ਸੀਗੀ ਇਹਦਾ ਕਦੇ ਆਰਟਿਸਟ ਨੂੰ ਖਾਮਿਆਸਾ ਵੀ ਭੁਗਤਣਾ ਪੈ ਜਾਂਦਾ ਕਦੇ ਕੋਈ ਚੀਜ਼ਾਂ ਹੁੰਦੀਆਂ ਨੇ ਜਿਹੜਾ ਇਸ ਤਰ੍ਹਾਂ ਜਦੋਂ ਖੁੱਲ੍ਹੇ ਦਿਲ ਨਾਲ ਬੋਲੋ ਕਦੇ ਨੁਕਸਾਨ ਵੀ ਹੋਇਆ ਇਹਦਾ ਕੀ ਇਹਦਾ ਕੀ ਫੀਲ ਕਰਦੇ ਹੋ ਕੋਈ ਲੋਕ ਨਾਰਾਜ਼ ਵੀ ਹੋਏ ਕੋਈ ਜੀ ਨੁਕਸਾਨ ਸਾਡਾ ਇਹੀ ਹੋਇਆ ਸਾਨੂੰ ਫਿਲਮਾਂ ਦੇ ਵਿੱਚ ਫਿਚਰ ਕਿਉਂਕਿ ਇਹਨਾਂ ਦੇ ਥਰੂ ਕਾਫ ਤੇ ਨੁਕਸਾਨ ਸਾਨੂੰ ਇਹੀ ਸੀ ਸਾਡੇ ਕੈਰੀਅਰ ਤੇ ਅਸਰ ਹੋਇਆ ਬਟ ਅਸੀਂ ਬੋਲਣੋਂ ਹਟੇ ਨਹੀਂ ਹੈਗੇ ਅਸੀਂ ਜੋ ਵੀ ਹੁਣ ਗਲਤ ਹੈ ਗਲਤ ਨੂੰ ਗਲਤ ਕਹਾਂਗੇ ਚੰਗਾ ਚੰਗੇ ਨੂੰ ਚੰਗਾ ਕਹਾਂਗੇ ਮਾੜੇ ਨੂੰ ਮਾੜਾ ਕਹਾਂਗੇ ਅਸੀਂ ਸੱਚ ਬੋਲਾਂਗੇ ਸੱਚ ਦੇ ਚੱਲਦੇ ਰਹਿਾਂਗੇ ਸੱਚੀ ਬੋਲਾਂਗੇ ਜੇ ਕੁਛ ਮਰਜ਼ੀ ਹੋ ਜਾਏ ਜੋ ਮਰਜ਼ੀ ਹੋ ਜਾਏ ਹੋਰ ਕੁਛ ਨਹੀਂ ਕਰ ਸਕਦੇ ਇਹ ਠੀਕ ਹੈ ਨਾ ਅੱਛਾ ਤੁਸੀਂ ਕਲਾਕਾਰਾਂ ਦੇ ਉੱਤੇ ਵੀ ਇੱਕ ਗੱਲ ਕਹੀ ਹੈ ਕਿ ਕਲਾਕਾਰ ਮਤਲਬ ਕਿਸੇ ਦੇ ਮਿੱਤ ਨਹੀਂ ਹੁੰਦੇ ਆ ਤੇ ਆਪਣੀ ਫੀਲਡ ਦੇ ਵਿੱਚ ਦੇਖਿਆ ਜਾਵੇ ਕਿ ਤੁਹਾਡੀ ਗੁਰਚੇਤ ਬਾਈ ਦੀ ਕਿਹਦੇ ਨਾਲ ਬਣਦੀ ਆ ਕਿਹੜੇ ਖਾਸ ਨੇ ਜਿਨ੍ਹਾਂ ਨੂੰ ਗੁਰਚੇਤ ਕਿਸੇ ਟਾਈਮ ਵੀ ਫੋਨ ਮਾਰਦਾ ਕਿਸੇ ਟਾਈਮ ਵੀ ਮਿਲਦਾ ਸਾਰਿਆਂ ਨਾਲ ਹੀ ਆ ਪਰ ਖਾਸ-ਖਾਸ ਖਾਸ ਦੇਖੋ ਸਾਰੀ ਨੇ ਜਿਵੇਂ ਵੀ ਦਲਾਵਰ ਸਿੱਧੂ ਹੈਪੀਜੀਤ ਪੈਂਚਰਾਲਾ ਸਾਰੀ ਨੇ ਆਪਣਾ ਜੋਰਾ ਜਲਦਾਰ ਇਹ ਸਾਰੇ ਮੇਰੇ ਆਪਣੇ ਨੇ ਸਾਰੇ ਨੇ ਵਟ ਉਸ ਨੂੰ ਪਤਾ ਹੀ ਹੈ ਕਲਾਕਾਰ ਨੇ ਕਲਾਕਾਰ ਤਾਂ ਕਲਾਕਾਰੀ ਨੇ ਏ اچھا ਗੁਰਚੇਤ ਬਾਈ ਇੱਕ ਤੁਸੀਂ ਕਹਿੰਦੇ ਬੜੇ ਬlesd ਚਾਈਲਡ ਹੋ ਤੁਸੀਂ ਕਈ ਵਾਰ ਮੌਤ ਨੂੰ ਵੀ ਗੁਰਚੇਤ ਚਿੱਤਰਕਰ ਨੇ ਮਾਤ ਦਿੱਤੀ ਹੈ ਕਈ ਤੁਹਾਡੇ ਲਾਈਫ ਦੇ ਐਸੇ ਇਨਸੀਡੈਂਟ ਨੇ ਜਿਨ੍ਹਾਂ ਦੇ ਵਿੱਚ ਕਹਿੰਦੇ ਬੜੇ ਕੁਦਰਤੀ ਕਿ ਕ੍ਰਿਸ਼ਮਾਈ ਢੰਗ ਦੇ ਨਾਲ ਤੁਹਾਡੀ ਵਾਪਸੀ ਹੋਈ ਹੈ ਉਹ ਸਾਰੀਆਂ ਗੱਲਾਂ ਕੀ ਸੀ ਜੇ ਤੁਸੀਂ ਥੋੜਾ ਸ਼ੇਅਰ ਕਰੋ ਦਰਸ਼ਕਾਂ ਦੇ ਨਾਲ ਕਿਸ ਤਰ੍ਹਾਂ ਸਿਗੀਆਂ ਜੇ ਬਹੁਤੀਆਂ ਪਰਸਨਲ ਨਹੀਂ ਤੁਸੀਂ ਸ਼ੇਅਰ ਓਪਨ ਹੋ ਤਾਂ ਕਾਫੀ ਤੋਖੇ ਹੋਏ ਨੇ ਕੋਈ ਪੈਸੇ ਲੈ ਕੇ ਭੱਜ ਗਿਆ ਕੋਈ ਕਿਵੇਂ ਭੱਜ ਗਿਆ ਕੋਈ ਆਪਣਾ ਬਣਾ ਕੇ ਠੱਗ ਗਿਆ ਕੋਈ ਹੱਥ ਬੰਦਾ ਦੀ ਮੈਨੂੰ ਕੰਮ ਦੇ ਕੰਮ ਦੇ ਜਦੋਂ 10 ਸਾਲ ਦਾ ਵੀਜ਼ਾ ਲੱਗਿਆ ਭੱਜ ਗਿਆ ਫਿਰ ਮੈਂ ਕਦੇ ਉਹਦੇ ਬਾਰੇ ਨੈਗੇਟਿਵ ਨਹੀਂ ਸੋਚਿਆ ਹੂੰ ਮੇਰੇ 'ਚ ਹਮੇਸ਼ਾ ਪੋਜ਼ਿਟਿਵ ਵਾਈਬ੍ਰੇਸ਼ਨ ਹੈ ਵਾਈਬ੍ਰੇਸ਼ਨ ਮੈਂ ਤਾਂ ਕੋਦੇ ਵੀ ਨੈਗੇਟਿਵ ਨਾ ਮੈਂ ਸੋਚਾਂ ਮੇਰਾ ਜੋ ਮਰਜੀ ਬੁਰਾ ਕਰ ਗਿਆ ਜਿਹੜਾ ਕਲਾਕਾਰ ਨੇ ਜਿਹਨੇ ਮਰਜੀ ਬੁਰਾ ਕਰਤਾ ਕੋਈ ਪਾਰਟੀ ਨੇ ਬੁਰਾ ਕਰਤਾ ਪਰ ਮੈਂ ਕਦੇ ਉਹਨੂੰ ਮਾੜਾ ਨਹੀਂ ਕਿਹਾ ਵੀ ਮੇਰੇ ਤੋਂ ਨੈਗੇਟਿਵ ਨਹੀਂ ਉਹਦੇ ਬਾਰੇ ਕੁਝ ਗਿਆ ਮੈਂ ਤੁਹਾਨੂੰ ਦੱਸਦਾ ਵੀ ਇਹ ਵੀ ਤੁਹਾਨੂੰ ਦੱਸਦਾ ਮੈਂ ਘਟ ਘਟ 4-5 ਵਾਰੀ ਮੌਤੇ ਦੇ ਮੂੰਹ ਤੋਂ ਬਚਿਆ ਤੇ ਮੈਂ ਇਹਨੂੰ ਇਹ ਕਹਿ ਸਕਦਾ ਵੀ ਮੈਂ ਸਾਧੂਆਂ ਦਾ ਸੰਗ ਬਹੁਤ ਕੀਤਾ ਹੈ ਫਕੀਰਾਂ ਦਾ ਸੰਗ ਬਹੁਤ ਕੀਤਾ ਕੋਈ ਵੀ ਹੁਣ ਬੁੜੀ ਆ ਮੇਰੇ ਘਰੇ ਲਿਆਉਣਾ ਹੁੰਨਾ ਇਹ ਜਿਹੜੀਆਂ ਦੁਆਵਾਂ ਨੇ ਇਹ ਹੀ ਸਾਨੂੰ ਬਚਾਉਂਦੀਆਂ ਨੇ ਗੀਆਂ ਮੈਂ ਤੁਹਾਨੂੰ ਦੱਸਦਾ ਜੀ ਇੱਕ ਵਾਰੀ ਮੈਂ ਪਾਖੜਾ ਤੇ ਬੱਸ ਗਿਰੀ ਸੀ ਪਟਿਆਲੇ ਬਹੁਤ ਨੁਕਸਾਨ ਹੋਇਆ ਬਹੁਤ ਨੁਕਸਾਨ ਹੋਇਆ ਬਸ ਇੱਕ ਬੰਦਾ ਬਚਿਆ ਸੀ ਛਾਲਬਾਰ ਗਿਆ ਸੀ ਜਿਹੜਾ ਉਹਨੂੰ ਤਿਰਨ ਜਾਣ ਦਾ ਸੀਗਾ ਮੈਂ ਉਹ ਬੱਸ ਦੇ ਵਿੱਚ ਇੱਥੋਂ ਬੈਠਿਆ ਮੇਰੇ ਨਾਲ ਇੱਕ ਮੁੰਡਾ ਹੋਰ ਸੀ ਉਹਨੂੰ ਮੈਂ ਧੱਕੇ ਨਾਲ ਲਾਇਆ ਮੈਂ ਯਾਰ ਮੈਨੂੰ ਘਬਰਾਟ ਹੋਣਾ ਕਿ ਮੈਂ ਇੱਥੇ ਨਹੀਂ ਜਾਂਦਾ ਦੂਜੀ ਚੱਲਦੇ ਆਪਾਂ ਮੈਂ ਪਵਾਨੀਗੜ ਉਤਰ ਗਿਆ ਗਾਂ ਜਾ ਕੇ ਬੱਸ ਗਿਰ ਗਈ ਫਿਰ ਇੱਕ ਵਾਰੀ ਇਸ ਤਰ੍ਹਾਂ ਮੇਰੇ ਨਾਲ ਹਾਸਾ ਹੋਇਆ ਸੀ ਦਰਖਤ ਥੱਲੇ ਖੜੇ ਸੀ ਮੈਨੂੰ ਮੀਂਹ ਚਣਾਉਣ ਦਾ ਬਹੁਤ ਸ਼ੌਕ ਹੈ ਸਿਆਣਾ ਚ ਵੀ ਵੱਡਾ ਜਨਾ ਜ਼ਖਾਮ ਕਰਾ ਲੈਣਾ ਹੁਣਾ ਅਸੀਂ ਦਰਖਤ ਥੱਲੇ ਖੜੇ ਸੀਗੇ ਤੇ ਬਿਜਲੀ ਲਸ਼ਕਰੀ ਦੀ ਤਾਰ ਜੀ ਆਇਆ ਕਰੇ ਥੱਲੇ ਮੁੜ ਜਾ ਕਰੇ ਆਇਆ ਕਰੇ ਥੱਲੇ ਮੁੜ ਜਾ ਕਰੇ ਮੇਰੇ ਨਾਲ ਮੁੰਡਾ ਖੜਾ ਸੀ ਮਾਝਾ ਰਾਇਣਾ ਹੀ ਇੱਕ ਤਾਂ ਨਾ ਯਾਰ ਡਰ ਲੱਗਦਾ ਮੈਨੂੰ ਤਾਂ ਮੈਂ ਛੱਡ ਪਰੇ ਉਹੀ ਮੈਂ ਗੋੜਵੱਟੇ ਜਾਂ ਤਾਂ ਹੀ ਲਈ ਮੈਂ ਐ ਕਰਕੇ ਐ ਜੇ ਕਰ ਨਾਲ ਜੀ ਨਾ ਬਿਜਲੀ ਹੋਤੇ ਗਿਰ ਗਈ ਉੱਥੇ ਮੈਂ ਮੈਂ ਬਚ ਗਿਆ ਫਿਰ ਐਕਸੀਡੈਂਟ ਹੋਇਆ ਦੋ ਤਿੰਨ ਵਾਰੀ ਉਦੋਂ ਬਚਿਆਂਗੇ ਬਾਕੀ ਭਲੇ ਕਰੀ ਜੋ ਭਲੇ ਕਰੀ ਜੋ ਮਾੜਾ ਨਾ ਕਿਸਦਾ ਕਰੋ ਤੁਸੀਂ ਸਦਾ ਨਿਰੋਗ ਰਹੋਗੇ ਬੁੜਾ ਹੋਣ ਦਾ ਕੋਈ ਨਾਮ ਹੀ ਨਿਸ਼ਾਨੀ ਨਹੀਂ ਮੈਂ ਜਦੋਂ ਚੈੱਕ ਕਰਾਇਆ ਆਪਣਾ ਮੈਂ ਜਦੋਂ ਚੈੱਕ ਕਰਿਆ ਮੈਨੂੰ ਜਦੋਂ ਨੇ ਕਿਹਾ ਕਹਿੰਦੇ ਯਾਰ ਤੇਰੀ ਤਾਂ ਨਰਜੀ ਤੇਰੇ ਚ ਬਹੁਤ ਆ ਵੀ ਤੇਰੇ ਤਾਂ ਭਾਈ 23 ਸਾਲ ਦੇ ਮੁੰਡੇ ਦੀ એનર્ਜੀ ਆ ਮੈਂ ਹਾਂ ਯਾਰ ਮੈਨੂੰ ਦੱਸ ਤਾਂ ਦੇ ਕਾਰਨ ਕੀ ਆ ਇਹ ਕਹਿੰਦਾ ਤੂੰ ਨੈਗੇਟਿਵ ਤਾਂ ਨਹੀਂ ਸੋਚਦਾ ਮਹਜੂਮ ਹੀ ਨਹੀਂ ਫੱਕਰ ਮਾਸਟਰ ਹੈ ਨਾ ਇਧਰ ਦੀ ਪਾ ਕੇ ਇਧਰ ਦੀ ਕੱਢ ਦੇਣਾ ਉਹਨਾਂ ਕੋਈ ਹੋ ਨਹੀਂ ਕਹਿੰਦਾ ਬਸ ਇਹੀ ਐਂ ਰੱਖੀ ਅੱਛਾ ਗੁਰੂ ਜੀ ਉਸਤਾਦਾਂ ਦੇ ਨਾਲ ਵੀ ਕੋਈ ਤੁਹਾਡੇ ਕਹਿੰਦੇ ਇਕੁਏਸ਼ਨ ਸਹੀ ਨਹੀਂ ਰਹੀ ਉਸਤਾਦਾਂ ਨੇ ਜਦੋਂ ਤੁਸੀਂ ਬਹੁਤ ਬਹੁਤ ਤਰੱਕੀ ਕਰਕੇ ਤਾਂ ਕਈ ਕੋਈ ਤੁਹਾਡੇ ਉਸਤਾਦ ਸੀਗੇ ਉਹ ਉਹ ਕੀ ਚੀਜ਼ ਪਾਰਾ ਦੇਤਾ ਸੀਗਾ ਮੇਰੇ ਉਸਤਾਦ ਸੀਗੇ ਪੇਂਟਿੰਗ ਦੇ ਤੇ ਉਹਦੋਂ ਮੈਂ ਫਸਟ ਆਇਆ ਦੀ ਪੰਜਾਬ ਦੇ ਵਿੱਚੋਂ ਉਹਨਾਂ ਨੇ ਮੈਨੂੰ ਬਸ ਇਸੇ ਖਿਜ ਦੇ ਵਿੱਚ ਉਹਨਾਂ ਦਾ ਬ੍ਰਦਰ ਵੀ ਮੇਰੇ ਨਾਲ ਕੰਮ ਕਰਦਾ ਸੀ ਪਰ ਆ ਜਿਹੜਾ ਆਪਾਂ ਥਰਮੋਮੀਟਰ 'ਚ ਦੇਖਦੇ ਆ ਬਹੁਤ ਖਤਰਨਾਕ ਹੁੰਦਾ ਉਹ ਕਿਸ ਤਰ੍ਹਾਂ ਤੁਹਾਨੂੰ ਉਹ ਕੀ ਕਰਤਾ ਤੁਹਾਡੇ ਅੰਦਰ ਮੈਂ 6 ਮਹੀਨੇ ਬਾਅਦ ਮੈਂ ਤਿੰਨ ਤਿੰਨ ਮਹੀਨੇ ਤਾਂ ਬਿਲਕੁਲ ਹੀ ਐ ਪਿਆ ਰਹਾ ਕਮਾ 'ਚ ਸੀਗਾ ਤੇ 6 ਮਹੀਨੇ ਬਾਅਦ ਫਿਰ ਮੇਰਾ ਹਸਪੀਟਲ ਤੋਂ ਛੁੱਟੀ ਮਿਲੀ ਜੀ ਸਾਰੇ ਸਰੀਰ ਦੇ ਵਿੱਚ ਮੇਰੇ ਇਨਫੈਕਸ਼ਨ ਹੋ ਗਿਆ ਸੀ ਫੇਫੜਿਆਂ ਤੇ ਨਹੀਂ ਹੋਇਆ ਸੀ ਯਾਨੀ ਕਿ ਵੀ ਕੁਝ ਵਾਈਟਲ ਆਰਗਨ ਤੁਹਾਡੇ ਬਚ ਗਏ ਸੀ ਕੁਝ ਹਾਂ ਹਾਂ ਉਹਦੇ ਕਰਕੇ ਮੈਂ ਬਚ ਗਿਆ ਮੇਰੇ ਆ ਜਿਹੜੀ ਆ ਹੱਡੀ ਐ ਇਹ ਆਪਰੇਸ਼ਨ ਕਰਕੇ ਇਹ ਨਵੀਂ ਪਾਈ ਹੋਈ ਐ ਮੈਨੂੰ ਡੈੱਡ ਬੋਡੀ ਦਾ ਕਰਾਰ ਵੀ ਦਿੱਤਾ ਸੀਗਾ ਕਹਿੰਦੇ ਵੀ ਮੈਨੂੰ ਲੈ ਵੀ ਗਏ ਸੀਗੇ ਉਹਦੇ ਚ ਪੋਸਟਮਾਰਮ ਵਾਸਤੇ ਉਸ ਤੋਂ ਬਾਅਦ ਮੇਰੇ ਮੰਮੀ ਨੂੰ ਦੱਸਿਆ ਨਹੀਂ ਵੀ ਚਲ ਤੜਕੇ ਦੱਸਾਂਗੇ ਵੀ ਹੁਣ ਕਾ ਨੂੰ ਉਹ ਕੁਦਰਤੀ ਸਾਡੇ ਇੱਕ ਸਤਗੁਰ ਸੀਗੇ ਪਿੰਡ ਮੇਰੇ ਸਤਗੁਰ ਸੀਗੇ ਵੈਸੇ ਬੁੜੀਆਂ ਨੂੰ ਕਹਿੰਦੇ ਆ ਸਤਗੁਰ ਜੀ ਕਹਿੰਦੇ ਵੀ ਐ ਕਰਕੇ ਵੀ ਚੇਤਾ ਤਾਂ ਪੂਰਾ ਹੋ ਗਿਆ ਮੈਨੂੰ ਚੇਤਾ ਕਹਿੰਦੇ ਨੇ ਪਿੰਡ ਚ ਕਹਿੰਦੇ ਵੀ ਕਹਿੰਦਾ ਉਹ ਨਹੀਂ ਸਾਲਾ ਮਰਦਾ ਉਹ ਤਾਂ ਸਾਰੇ ਡੱਬਰ ਨੂੰ ਮੋਢਾ ਦੇ ਕੇ ਮਰੂਗਾ ਤੇ ਪਤਾ ਨਹੀਂ ਇਹ ਚੀਜ਼ ਦਾ ਮੈਨੂੰ ਦੱਸ ਰਹੇ ਨੇ ਕਹਿੰਦੇ ਵੀ ਮੇਰਾ ਕੱਪੜਾ 흘ਿਆ ਪੈਰ ਦਾ ਕੋਈ ਜਮਾਦਾਰ ਸੀ ਅੰਦਰ ਸਫਾਈ ਕਰਨ ਵਾਲਾ ਕਹਿੰਦਾ ਉਹਨੇ ਰੋਲਾ ਪਤਾ ਵੀ 22 ਨੰਬਰ ਵਾਲਾ ਜਿਹੜਾ ਬੈੱਡ ਵਾਲਾ ਉਹ ਜਾਂਦਾ ਫਿਰ ਉਹਨਾਂ ਨੇ ਮੈਨੂੰ ਲਿਆਂਦਾ ਨਾਲ ਦੇ ਨਾਲ ਆਪਰੇਸ਼ਨ ਕਰਿਆ ਫਿਰ ਇਹ ਵੀ ਨੈਗੇਟਿਵ ਖੂਨ ਸੀ ਮੇਰਾ ਨਾਲ ਦੀ ਨਾਲ ਹੀ ਉਹਨਾਂ ਨੇ ਦੂਰਦਰਸ਼ਨ ਤੇ ਪਾਇਆ ਤੇ ਉਹਨਾਂ ਨੂੰ ਦੱਸਿਆ ਵੀ ਉਹ ਥੱਲੇ ਆ ਰਹੀ ਸੀ ਲੈਣੇ ਵੀ ਨੈਗੇਟਿਵ ਦੀ ਉਹ ਕੋਈ ਬੰਦਾ ਬੈਠਾ ਸੀਗਾ ਕੋਈ ਬੈਂਕ ਮੈਨੇਜਰ ਉਹ ਕਹਿੰਦਾ ਵੀ ਮੇਰਾ ਇਹ ਵੀ ਨੈਗੇਟਿਵ ਆ ਉਹਨੇ ਉੱਥੇ ਤੋਂ ਬਾਅਦ ਮੈਂ ਅੱਜ ਤੱਕ ਬਿਮਾਰ ਨਹੀਂ ਹੋਇਆ ਚ ਖਾਮ ਨਹੀਂ ਹੋਇਆ ਕੋਈ ਕੋਈ ਕੁਝ ਨਹੀਂ ਹੋਇਆ ਕਦੇ ਬਿਲਕੁਲ ਇਹ ਪੋਜ਼ਿਟਿਵ ਤੁਹਾਡੀ એનર્ਜੀ ਆ ਪੋਜ਼ਿਟਿਵ ਸੋਚ ਆ ਔਰ ਲੋਕਾਂ ਦੀਆਂ ਦੁਆਵਾਂ ਨੇ ਅਜਾ ਕੁਛ ਇਹਤ ਬੜਾ ਸੀਮਤ ਜਿਹਾ ਸਮਾਂ ਆਪਣੇ ਕੋਲ ਬਾਕੀ ਰਹਿ ਗਿਆ ਹੋਰ ਕਿਹੜੇ ਕਿਹੜੇ ਵੈਂਚਰ ਖਾਸ ਕੀ ਤੁਹਾਡਾ ਰਹਿ ਤੁਸੀਂ ਸਟੇਟ ਵਰਸਸ ਕਰ ਰਹੇ ਹੋ ਬਰਿਆਮ ਸਿੰਘ ਫਿਲਮ ਕਰ ਰਹੇ ਹੋ ਹਾਂ ਹਾਂਜੀ ਸਟੇਟ ਵਰਸਸ ਬਰਿਆਮ ਸਿੰਘ ਹੋਰ ਹੋਰ ਕੀ ਕੀ ਆ ਰਿਹਾ ਮੂਮੈਂਡਰਗੀ ਲਾਣੇਦਾਰ ਤੇ ਦੋ ਤਿੰਨ ਫਿਲਮਾਂ ਹੋਰ ਨੇ ਜੁਗਨੀ ਤੇ ਬਾਕੀ ਸਾਡੀਆਂ ਆ ਤਾਂ ਚੱਲਦੀ ਰਹਿੰਦੀਆਂ ਨੇ ਹੈਗੀਆਂ ਆਪਣੀਆਂ ਬਾਕੀ ਮੇਰਾ ਨਾਟਕ ਹੈ ਜੀ ਬੇਬੇ ਜੀ ਮੈਂ ਸੰਤ ਬਣ ਗਿਆ ਵਾਂਸ ਅਗੇਨ ਬਹੁਤ ਬਹੁਤ ਮਕਬੂਲ ਹੋਇਆ ਸੀ ਹਾਂਜੀ ਹੁਣ ਇਹਨੂੰ ਨਵੇਂ ਤਰੀਕੇ ਨਾਲ ਅਸੀਂ ਇਹਨੂੰ ਕੈਨੇਡਾ ਲੈ ਕੇ ਜਾ ਰਹੇ ਹਾਂ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਸਾਰੇ ਪਾਕਿਸਤਾਨ ਸਾਰੇ ਲੈ ਕੇ ਜਾ ਰਹੇ ਹਾਂ ਸੋ ਚੱਲਦਾ ਰਹਿੰਦਾ ਬਹੁਤ ਵਿਜੀਲ ਹੈ ਪਿਆ 3:30 ਵਜੇ ਉੱਠਣਾ ਤੇ ਰਾਤ ਨੂੰ 10 11 ਵਜੇ ਸੌਣਾ ਮਿਹਨਤ ਬਹੁਤ ਹੁੰਦੀ ਹੈ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਸੀਂ ਆਪ ਲਿਖਦੇ ਹੋ ਕੋ ਆਪਣੇ ਕੋਈ ਫੇਮਸ ਜਿਹੜੇ ਤੁਹਾਡੇ ਕਰੈਕਟਰ ਨੇ ਤੁਹਾਡੇ ਕੋਲੋਂ ਰੋਲ ਅਦਾ ਕੀਤੇ ਗਏ ਨੇ ਕੋਈ ਕੁਝ ਚੁਣਿੰਦਾ ਸਾਡੇ ਦਰਸ਼ਕਾਂ ਦੇ ਲਈ ਡੇਲੀ ਪੋਸਟ ਦੇ ਦਰਸ਼ਕਾਂ ਦੇ ਲਈ ਸਾਂਝੇ ਕਰ ਦਿਓ ਡਾਇਲੌਗਸ ਮੇਰੇ ਤਕਰੀਬਨ ਜਿੰਨੇ ਵੀ ਕਰੈਕਟਰ ਨੇ ਬ ਬੁੜੀਆਂ ਵਾਲਾ ਵੀ ਮੈਂ ਕਹਿੰਦਾ ਵੀ ਖੁਸਰੇ ਦਾ तकरीबन तकरीबन ਜਿੰਨੇ ਵੀ ਸਾਰੇ ਕਰੈਕਟਰ ਕਰੇ ਨੇ ਮੈਂ ਪਹਿਲਾਂ ਤੁਹਾਨੂੰ ਮੈਂ ਦੱਸਦਾ ਪੰਜਾਬੀ ਅਕੈਡਮੀ ਦਿੱਲੀ ਚੋਂ ਮੈਂ ਪਹਿਲਾ ਬੰਦਾ ਮੈਂ 7 ਵਾਰੀ ਵੈਸਟ ਐਕਟਰ ਵੈਸਟ ਡਾਇਰੈਕਟਰ ਵੈਸਟ ਲੇਖ ਦਾ ਅਵਾਰਡ ਮੈਨੂੰ ਮਿਲਿਆ ਹੋਇਆ ਤੇ ਜਿੰਨੇ ਵੀ ਕੰਪੀਟੀਸ਼ਨ ਲੜੇ ਨੇ ਉਹਨਾਂ ਤੋਂ ਫਸਟ ਹੀ ਆਇਆ ਸੈਕੰਡ ਕਦੇ ਨਹੀਂ ਆਇਆ 89% ਨੰਬਰ ਮੇਰੇ 10ਵੀਂ ਚੋਂ ਸੀਗੇ ਸੋ ਫੋਨ ਮੇਰੇ ਦਾ ਸਾਰੇ ਡਾਇਲੋਗ ਜਿੰਨੇ ਕਹਿੰਦੇ ਕਰੈਕਟਰ ਨੇ ਸਾਰੀ ਵਧੀਆ ਲੱਗਦੇ ਨੇ ਮੈਨੂੰ ਜਿੰਨੇ ਵੀ ਕਰੈਕਟਰ ਕਰੇ ਨੇ ਕਿਉਂਕਿ ਮੈਂ ਚਾਹੇ ਮੈਂ ਛੋਟੀ ਫਿਲਮ ਬਣਾਉਣਾ ਪਰ ਉਹ ਮੈਂ ਵੱਡੀ ਫਿਲਮ ਵੰਗੂਸ ਦੇ ਡਾਇਲੋਗ ਲਿਖਦਾ ਕੱਲੀ-ਕੱਲੀ ਚੀਜ਼ ਤੇ ਧਿਆਨ ਦੇਣਾ ਕੱਲਾ-ਕੱਲੇ ਡਾਇਰੈਕਸ਼ਨ ਦਾ ਮਿਊਜ਼ਿਕ ਦਾ ਸੌਂਗ ਨੇ ਸਾਰੇ ਉਹਨਾਂ ਦਾ ਧਿਆਨ ਦੇਂਦਾ ਕੋਈ ਕੋਈ ਇੱਕ ਅੱਧਾ ਕੋਈ ਜਿਹੜਾ ਤੁਹਾਡੇ ਕੋਈ ਚੇਤੇ ਸ਼ੋਵੇ ਚਾਹੇ ਉਹ ਪਹਿਲੀਆਂ ਹੋਣ ਚਾਹੇ ਬਾਅਦ ਦੀਆਂ ਹੋਣ ਜਾਂ ਜਿਹੜਾ ਆਉਣ ਵਾਲਾ ਹੋਵੇ ਹਾਏ ਹਾਏ ਨਜ਼ਾਰਾ ਆਈ ਜਾਂਦਾ ਨਜ਼ਾਰਾ ਜਾਈ ਜਾਂਦਾ ਅੱਜ ਵੀ ਕਾਫੀ ਇਹੀ ਸੁਣਦੇ ਨੇ ਲੋਕ ਲੋਕਾਂ ਦੇ ਦਿਮਾਗ ਦੇ ਵਿੱਚ ਵਸਿਆ ਬਾਕੀ ਹੋਰ ਸਾਡੇ ਡਾਇਲੋਗ ਤਾਂ ਸਾਰੇ ਉਹ ਨਹੀਂ ਕਿ ਵਧੀਆ ਨੇ ਪਪੂਲਰ ਨੇ ਜਿੰਨੇ ਵੀ ਨੇ ਪਰ ਇਹਨੂੰ ਜਿਆਦਾ ਹਾਏ ਹਾਏ ਨਜ਼ਾਰਾ ਆਈ ਜਾਂਦਾ ਨਜ਼ਾਰਾ ਜਾਈ ਜਾਂਦਾ ਨਜ਼ਾਰਾ ਫੇਰ ਆਈ ਜਾਂਦਾ ਨਜ਼ਾਰਾ ਫੇਰ ਜਾਈ ਜਾਂਦਾ ਹਾਂਜੀ ਸੋ ਗੁਰਚੇਤ ਚਿੱਤਰਕਾਰ ਹੋਰਾਂ ਦੇ ਨਾਲ ਗੱਲਬਾਤ ਕੀਤੀ ਆ ਬਹੁਤ ਖੂਬਸੂਰਤ ਪੇਂਟਿੰਗ ਵੀ ਕਰਨੀ ਜਾਣਦੇ ਨੇ ਪਰ ਹੁਣ ਇਹਨਾਂ ਦਾ ਜਿਹੜਾ ਟੈਲੈਂਟ ਦੂਜਾ ਸੀ ਬਹੁਤ ਵੱਡਾ ਹੋ ਗਿਆ ਔਰ ਪਹਿਲਾ ਟੈਲੈਂਟ ਉਹ ਵੀ ਓਵਰ ਕੰਮ ਕਰ ਗਿਆ ਇਹਨਾਂ ਦਾ ਜਿਹੜਾ ਟੈਲੈਂਟ ਸੀਗਾ ਇਹਨਾਂ ਦੀ ਜਿਹੜੀ ਅਦਾਕਾਰੀ ਦਾ ਟੈਲੈਂਟ ਸੀ ਸੋ ਆਸ ਕਰਦੇ ਹਾਂ ਕਿ ਗੁਰਚੇਤ ਚਿੱਤਰਕਾਰ ਹੋਰਾਂ ਦੇ ਨਾਲ ਜਿਹੜੀ ਇਹ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਖਰੜ ਤੋਂ ਗगन ਬੇਦੀ ਦੇ ਨਾਲ ਕੈਮਰਾਮੈਨ ਰਾਜਵਿੰਦਰ ਟੋਨੀ ਧੰਨਵਾਦ ਸਤਿ ਸ਼੍ਰੀ ਅਕਾਲ ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਜਨਵਰੀ 2020 ਦੇ ਦਾਖਲੇ ਖੁੱਲ ਚੁੱਕੇ ਹਨ ਯੂਨੋ ਐਸ ਡੀ ਐਸ ਨੋਨ ਐਸ ਡੀ ਐਸ ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ